ਤੁਸੀਂ ਵੇਖ ਰਹੇ ਹੋ ਜਸ ਪੰਜਾਬੀ, ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ। ਰੋਜ਼ਾਨਾ ਤੁਹਾਡੀ ਖਿਦਮਤ ਦੇ ਵਿੱਚ ਅਸੀਂ ਕੋਈ ਨਾ ਕੋਈ ਉਹ ਮਸਲਾ ਲੈ ਕੇ ਆਉਂਦੇ ਹਾਂ ਜੋ ਕਿ ਇਸ ਮੰਚ ਦੇ ਉੱਤੇ ਅਸੀਂ ਹਮੇਸ਼ਾ ਉਹਨੂੰ ਉਹਦੇ ਉੱਤੇ ਵਿਚਾਰ ਕਰਦੇ ਹਾਂ, ਹਮੇਸ਼ਾ ਉਸ ਦੇ ਉੱਤੇ ਗੱਲਬਾਤ ਕਰਦੇ ਹਾਂ। ਅਤੇ ਅੱਜ ਵੀ ਇੱਕ ਅਜਿਹਾ ਮੁੱਦਾ ਤੁਹਾਡੇ ਲਈ ਲੈ ਕੇ ਅਸੀਂ ਸਾਹਮਣੇ ਆਏ ਹਾਂ, ਜਿੱਥੇ ਅਸੀਂ ਗੱਲ ਜ਼ਰੂਰ ਕਰਾਂਗੇ ਕਿ ਭਾਵੇਂ ਅਸੀਂ ਅੱਜ ਇਸ ਮੰਚ ਦੇ ਉੱਤੇ ਸਿਆਸੀ ਗੱਲਾਂ ਦੀ ਪੁਛਾਰ ਕਰਦੇ ਹਾਂ, ਭਾਵੇਂ ਉਹ ਗੱਲਾਂ ਪੰਥਕ ਵੀ ਹੁੰਦੀ ਹੈ, ਭਾਵੇਂ ਉਹ ਗੱਲਾਂ ਪੰਥ ਦੇ ਨਾਲ ਸੰਬੰਧਿਤ ਕਿਸੇ ਪੈਰੋਕਾਰ ਦੇ ਨਾਲ ਹੁੰਦੀ ਹੈ, ਲੇਕਿਨ ਮੈਂ ਅੱਜ ਜ਼ਰੂਰ ਚਾਨਣਾ ਪਾਉਣਾ ਚਾਹੁੰਦਾ, ਜਦ ਅਸੀਂ ਸੱਤ ਸਮੁੰਦਰ ਪਾਰ ਆ ਕੇ ਵਸੇ ਸੀਗੇ ਤਾਂ ਮਨ ਦੇ ਵਿੱਚ ਇੱਕ ਹੀ ਭਾਵਨਾ ਸੀਗੀ ਕਿ ਪਿੱਛੇ ਸਭ ਕੁਝ ਠੀਕ ਰਹੇ, ਸਭ ਕੁਝ ਵਧੀਆ ਚੱਲਦਾ ਰਹੇ, ਤਾਂ ਕਿ ਜਿਹੜੇ ਸਾਡੇ ਰਿਸ਼ਤੇਦਾਰ ਪਿੱਛੇ ਰਹਿੰਦੇ ਹਨ ਉਹਨਾਂ ਦਾ ਜਿਹੜਾ ਫਿਊਚਰ ਹੈਗਾ ਉਹ ਅਸੀਂ ਸਿਕਿਓਰ ਕਰ ਸਕੀਏ, ਕਿਉਂਕਿ ਕੰਮ ਸਾਨੂੰ ਇੱਥੇ ਕਰਨਾ ਪੈਣਾ ਔਰ ਪਿੱਛੇ ਉਹਨਾਂ ਨੂੰ ਵੀ ਸਿਕਿਓਰ ਕਰਨਾ ਪੈਣਾ, ਤਾਂ ਜ਼ਿੰਮੇਵਾਰੀ ਇੱਕ ਨਹੀਂ ਸਗੋਂ ਦੋ ਜ਼ਿੰਮੇਵਾਰੀਆਂ ਸਾਡੇ ਕੰਧਿਆਂ ਦੇ ਉੱਤੇ ਆ ਚੁੱਕੀ ਸੀਗੀ। ਲੇਕਿਨ ਜਦ ਮੈਂ ਗੱਲ ਸਿਆਸੀ ਕਰ ਲੈਣਾ ਔਰ ਜਦ ਮੈਂ ਗੱਲ ਉਹਨਾਂ ਸਿਆਸਤਦਾਨਾਂ ਦੀ ਕਰ ਲੈਣਾ ਤਾਂ ਕਾਫੀ ਦੁੱਖ ਸਾਨੂੰ ਹੁੰਦਾ ਜਦ ਖਬਰਾਂ ਸੁਰਖੀਆਂ ਦੇ ਵਿੱਚ ਆਉਂਦੀਆਂ ਹਨ ਕਿ ਜਿਨ੍ਹਾਂ ਸਿਆਸਤਦਾਨਾਂ ਨੂੰ ਅਸੀਂ ਚੁਣਦੇ ਹਾਂ ਔਰ ਜਿਹਨੂੰ ਅਸੀਂ ਉਸ ਕੁਰਸੀ ਦੇ ਉੱਤੇ ਬਿਠਾਉਂਦੇ ਹਾਂ ਉਹੀ ਨਹੀਂ ਲੱਭਦੇ। ਚਲੋ ਮੈਂ ਤਾਂ ਮੰਤਰੀਆਂ ਦੀ ਗੱਲ ਕਰ ਲਵਾਂ ਤਾਂ ਇੱਕ ਗੱਲ ਇਸ ਪਾਸੇ ਰਹਿ ਜਾਂਦੀ ਹੈ, ਪਰ ਮੈਂ ਜੇਕਰ ਗੱਲ ਹੀ ਮੁੱਖ ਮੰਤਰੀ ਦੀ ਕਰ ਲਵਾਂ ਤਾਂ ਗੱਲ ਫਿਰ ਹੋਰ ਪਾਸੇ ਚਲੀ ਜਾਂਦੀ ਹੈ। ਮੁੱਖ ਮੰਤਰੀ ਸਾਹਿਬ ਕੈਪਟਨ ਅਮਰਿੰਦਰ ਸਿੰਘ ਸੁਣਨ 'ਚ ਆਇਆ ਕਿ UK ਆਏ ਹੋਏ ਸੀਗੇ ਹਾਲ ਫਿਲਹਾਲ ਦੇ ਵਿੱਚ, ਲੇਕਿਨ UK ਵੀ ਉਹਨਾਂ ਨੂੰ ਕਈ ਜਥੇਬੰਦੀਆਂ ਦਾ ਸਾਹਮਣਾ ਕਰਨਾ ਪਿਆ ਜਿਨ੍ਹਾਂ ਜਥੇਬੰਦੀਆਂ ਨੂੰ ਉਹ ਭਾਰਤ ਵਿਰੋਧੀ ਦੱਸਦੇ ਹਨ। ਉਹਨਾਂ ਨੇ ਉਹ ਬਿਆਨ ਉੱਥੇ ਵੀ ਦਿੱਤੇ ਜਿੱਥੇ ਉਹਨਾਂ ਨੂੰ ਉਹਦਾ ਵੀ ਸਾਹਮਣਾ UK ਦੇ ਵਿੱਚ ਕਰਨਾ ਪਿਆ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਲਗਭਗ 3 ਸਾਲ ਪੂਰੇ ਹੋਣ ਜਾ ਰਹੇ ਹਨ, ਜਿੱਥੇ ਉਹਨਾਂ ਨੇ 3 ਸਾਲ ਦੀ ਕਾਰਗੁਜ਼ਾਰੀ ਦੇ ਵਿੱਚ ਜਿਨ੍ਹਾਂ ਮੰਤਰੀਆਂ ਨੂੰ ਉਹਨਾਂ ਨੇ ਕੈਬਨਿਟ ਦੇ ਵਿੱਚ ਜਗ੍ਹਾ ਦਿੱਤੀ ਉਹ ਆਪਣੀ ਪਿੱਠ ਥਪਥਪਾ ਰਹੇ ਹਨ ਕਿ ਅਸੀਂ ਕੰਮ ਬਹੁਤ ਵਧੀਆ ਤਰੀਕੇ ਨਾਲ ਕੀਤਾ। ਅਤੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਵੀ ਹਮੇਸ਼ਾ ਬਿਆਨ ਮੀਡੀਆ ਦੇ ਵਿੱਚ ਪਿਛਲੇ 3 ਸਾਲਾਂ ਦੇ ਵਿੱਚ ਦਿੰਦੇ ਹੋਏ ਆ ਰਹੇ ਹਨ ਕਿ ਬਹੁਤ ਸੋਹਣੇ ਤਰੀਕੇ ਨਾਲ ਪੰਜਾਬ ਚੱਲ ਰਿਹਾ, ਤੁਸੀਂ ਜਿਹੜੀ ਬਾਗਾਡੋਰ ਮੇਰੇ ਹੱਥ ਦੇ ਵਿੱਚ ਦਿੱਤੀ ਹੈ ਪੰਜਾਬ ਦੀ, ਆਹ ਵਧੀਆ ਤਰੀਕੇ ਨਾਲ ਉਹਦਾ ਕੰਮ ਚੱਲੀ ਜਾਂਦਾ, ਘਬਰਾਉਣ ਦੀ ਲੋੜ ਨਹੀਂ। ਪਰ 2017 ਦੇ ਵਿੱਚ ਜਦ ਸਰਕਾਰ ਹੋਂਦ ਦੇ ਵਿੱਚ ਆਈ ਸੀਗੀ ਤਾਂ ਕਈ ਸਾਰੇ ਵੱਡੇ ਐਲਾਨ ਸਰਕਾਰ ਵੱਲੋਂ ਕੀਤੇ ਗਏ ਸੀਗੇ, ਜਿਨ੍ਹਾਂ ਦੇ ਵਿੱਚ ਕਿਸਾਨਾਂ ਦਾ ਕਰਜ਼ ਮਾਫ਼, ਰੋਜ਼ਗਾਰ ਮੁਹੱਈਆ ਕਰਾਉਣਾ, ਸਾਰੇ ਮਾਫ਼ੀਆ ਨੂੰ ਖੁੱਡੇ ਲੈਣ ਲਾਉਣਾ, ਭਾਵੇਂ ਉਹ ਮਾਫ਼ੀਆ ਡਰੱਗ ਮਾਫ਼ੀਆ ਹੋਏ, ਰੇਤ ਮਾਫ਼ੀਆ ਹੋਏ, ਲੈਂਡ ਮਾਫ਼ੀਆ ਹੋਏ, ਨਸ਼ੇ ਦੇ ਵਿੱਚ ਸੁਧਾਰ ਕਰਨਾ, ਸਿੱਖਿਆ ਦੇ ਮਿਆਰ ਨੂੰ ਵਧਾਉਣਾ, ਇਹ ਸਾਰੀ ਬੇਸਿਕ ਪ੍ਰਿੰਸੀਪਲ ਸੀਗੇ ਜਿਹੜੇ ਮਹਾਰਾਜਾ ਸਾਹਿਬ ਨੇ ਸਾਨੂੰ ਵੋਟਰਾਂ ਨੂੰ ਅਤੇ ਪੰਜਾਬ ਦੇ ਵਿੱਚ ਵਸਦੇ ਵਸਨੀਕਾਂ ਨੂੰ ਹਰ ਕਿਸੇ ਨੂੰ ਇਹ ਗੱਲ ਕਹੀ ਸੀਗੀ। ਪਰ ਸਮਾਂ ਇਹ ਆ ਚੁੱਕਿਆ ਹੈ ਕਿ ਖੁਦ ਆਪ ਦੇ ਹੀ ਮੰਤਰੀ ਹੁਣ ਉਹਨਾਂ ਦਾ ਵਿਰੋਧ ਕਰਨਾ ਸ਼ੁਰੂ ਹੋ ਚੁੱਕੇ ਹਨ, ਉਹਨਾਂ ਦੇ ਆਪ ਦੇ ਹੀ MLA ਵਿਰੋਧ ਕਰ ਰਹੇ ਨੇ। ਅਤੇ ਤੁਹਾਨੂੰ ਇਹ ਵੀ ਦੱਸ ਦੇਵਾਂ ਕਿ ਕੈਪਟਨ ਅਮਰਿੰਦਰ ਸਿੰਘ ਨੂੰ UK ਦਾ ਦੌਰਾ ਛੱਡ ਕੇ ਆਉਣਾ ਪਿਆ, ਅਟਕਲਾਂ ਐਂ ਲਗਾਈਆਂ ਗਈਆਂ ਕਿ ਵਿਧਾਨ ਸਭਾ ਦਾ ਇਜਲਾਸ ਸੀਗਾ ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਆ ਰਹੇ ਨੇ, ਅਟਕਲਾਂ ਇਹ ਵੀ ਲਗਾਈਆਂ ਜਾ ਰਹੀਆਂ ਹਨ ਕਿ ਜਿਹੜਾ ਵਿਰੋਧ ਉੱਥੇ ਪੰਜਾਬ ਦੇ ਵਿੱਚ ਸ਼ੁਰੂ ਹੋ ਗਿਆ ਮਹਾਰਾਜਾ ਸਾਹਿਬ ਦੇ ਜਾਣ ਤੋਂ ਬਾਅਦ ਇਸ ਕਰਕੇ ਹੋਇਆ, ਅਟਕਲਾਂ ਇਹ ਵੀ ਲਗਾਈਆਂ ਜਾ ਰਹੀਆਂ ਹਨ ਕਿ ਕਈ ਸਿੱਖ ਜਥੇਬੰਦੀਆਂ ਨੇ ਉਹਨਾਂ ਦਾ UK ਦੇ ਵਿੱਚ ਉਹਨਾਂ ਨੂੰ ਰੋਕਿਆ, ਸੰਮਨ ਜਾਰੀ ਕੀਤੇ, ਜਿਸ ਕਰਕੇ ਉਹਨਾਂ ਨੂੰ ਵਾਪਸ ਪੰਜਾਬ ਪਰਤਣਾ ਪਿਆ। ਲੇਕਿਨ ਕਾਰਨ ਕਈ ਹੋ ਸਕਦੇ ਹਨ, ਮੁੱਦਾ ਸਿਰਫ ਅੱਜ ਇਸ ਮੰਚ ਦੇ ਉੱਤੇ ਜਿਹੜਾ ਅਸੀਂ ਉਠਾ ਰਹੇ ਹਾਂ ਕਿ ਮਹਾਰਾਜਾ ਸਾਹਿਬ ਤਾਂ ਲੱਭਦੇ ਹੀ ਨਹੀਂ, ਇਹ ਮੈਂ ਨਹੀਂ ਖੁਦ ਆਪ ਨਿਰਮਲ ਸਿੰਘ ਜਿਹੜੇ ਛਤਰਾਣੇ ਤੋਂ MLA ਹਨ ਉਹ ਖੁਦ ਆਪ ਆਪਣੀ ਮੂੰਹ ਜ਼ਬਾਨੀ ਕਹਿੰਦੇ ਹੋਏ ਨਜ਼ਰ ਆ ਰਹੇ ਹਨ। ਇਹ ਹਲਕਾ ਮਹਾਰਾਜਾ ਸਾਹਿਬ ਦੇ ਨਿਵਾਸ ਸਥਾਨ ਪਟਿਆਲਾ ਦੇ ਵਿੱਚ ਪੈਂਦਾ ਹੈ, ਜਿੱਥੇ ਨਿਰਮਲ ਸਿੰਘ ਨੇ ਆਪਣੀ ਆਵਾਜ਼ ਬੁਲੰਦ ਕੀਤੀ। ਨਿਰਮਲ ਸਿੰਘ ਹੀ ਨਹੀਂ ਸਗੋਂ
ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ, ਰਾਜਿੰਦਰ ਸਿੰਘ ਜਿਹੜੇ ਕਿ ਸਮਾਣਾ ਤੋਂ MLA ਹਨ, ਸੁਰਜੀਤ ਸਿੰਘ ਧੀਮਾਨ, ਕਈ ਸਾਰੇ MLA ਜੋ ਕਿ ਮਹਾਰਾਜਾ ਸਾਹਿਬ ਦੀ ਕਾਰਗੁਜ਼ਾਰੀ ਦੇ ਉੱਤੇ ਬੋਲਦੇ ਹੋਏ ਨਜ਼ਰ ਆ ਰਹੇ ਹਨ, ਉਹਨਾਂ ਦਾ ਸਿੱਧੇ ਤੌਰ 'ਤੇ ਇਹ ਕਹਿਣਾ ਕਿ ਅਸੀਂ ਜੋ ਵਾਅਦੇ ਕੀਤੇ ਸੀਗੇ ਲੋਕਾਂ ਨੂੰ, ਸਾਨੂੰ ਫੰਡ ਹੀ ਨਹੀਂ ਮੁਹੱਈਆ ਹੋ ਰਿਹਾ। ਪਹਿਲਾਂ ਤਾਂ ਇਹ ਗੱਲ ਵਿਰੋਧੀ ਧਿਰ ਕਹਿੰਦਾ ਸੀਗਾ, ਹੁਣ ਤਾਂ ਖੁਦ ਆਪ ਕੈਪਟਨ ਅਮਰਿੰਦਰ ਸਿੰਘ ਦੇ MLA ਬੋਲਣੇ ਸ਼ੁਰੂ ਹੋ ਚੁੱਕੇ ਹਨ। ਪਹਿਲਾਂ ਮੈਂ ਤੁਹਾਨੂੰ ਨਿਰਮਲ ਸਿੰਘ ਹੋਰਾਂ ਦਾ ਉਹ ਬਿਆਨ ਦਿਖਾਉਣਾ ਜੋ ਕਿ ਉਹਨਾਂ ਨੇ ਮੀਡੀਆ ਨੂੰ ਦਿੱਤਾ, ਉਸ ਤੋਂ ਬਾਅਦ ਟਿੱਪਣੀ ਕਰਾਂਗੇ, ਉਸ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਕਿ ਹੋਰ ਵੀ ਜਿਹੜੇ ਆਗੂ ਹਨ ਉਹਨਾਂ ਨੇ ਕੀ ਕੁਝ ਬਿਆਨ ਦਿੱਤੇ। ਪਹਿਲਾਂ ਸੁਣਦੇ ਹਾਂ ਨਿਰਮਲ ਸਿੰਘ ਹੋਰਾਂ ਨੂੰ। ਸਾਡੀ ਸਰਕਾਰ ਬਣੀ 2017 ਦੇ ਵਿੱਚ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਜੀ ਦੀ ਅਗਵਾਈ ਦੇ ਵਿੱਚ। ਉਹ ਜਿਹੜੀ ਸਰਕਾਰ ਬਣੀ ਹੈ ਉਹ ਪੰਜਾਬ ਦੇ ਲੋਕਾਂ ਨੇ ਇਸ ਕਰਕੇ ਬਣਾਈ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦਾ 2002 ਤੋਂ ਲੈ ਕੇ 2007 ਤੱਕ ਜੋ ਰਾਜ ਸੀ ਉਹਨੂੰ ਇਹ ਕਹਿ ਸਕਦੇ ਹਾਂ ਵੀ ਇੱਕ ਪਵਿੱਤਰ ਰਾਜ, ਲੋਕਾਂ ਦਾ, ਲੋਕਾਂ ਦੀ ਸੇਵਾ ਕਰਨ ਵਾਲਾ ਰਾਜ, ਲੋਕਾਂ ਦੇ ਮਸਲਿਆਂ 'ਤੇ ਪੂਰਾ ਉਤਰਨ ਵਾਲਾ ਰਾਜ। ਕਿਸਾਨਾਂ ਦੀ ਗੱਲ ਸੁਣੀ ਗਈ, ਮੁਲਾਜ਼ਮਾਂ ਦੀ ਗੱਲ ਸੁਣੀ ਗਈ, ਗਰੀਬਾਂ ਦੀ ਗੱਲ ਸੁਣੀ ਗਈ, ਵਪਾਰੀਆਂ ਦੀ ਗੱਲ ਸੁਣੀ ਗਈ। ਉਸ ਨੂੰ ਵੇਖ ਕੇ ਲੋਕਾਂ ਨੇ ਇਹ ਸਰਕਾਰ ਬਣਾਈ ਔਰ ਜਦੋਂ ਸਰਕਾਰ ਬਣਾਈ ਨਾਰਾ ਵੀ ਇਹ ਦਿੱਤਾ ਸੀ ਕਿ ਕੈਪਟਨ ਲਿਆਓ ਪੰਜਾਬ ਬਚਾਓ। ਲੋਕਾਂ ਨੇ ਕਾਂਗਰਸ ਨੂੰ ਵੋਟ ਨਹੀਂ ਪਾਈ, ਲੋਕਾਂ ਨੇ ਕੈਪਟਨ ਸਾਹਿਬ ਦਾ ਨੂੰ ਦੇਖ ਕੇ ਇਹ ਵੋਟ ਆਪਣਾ ਸਰਕਾਰ ਬਣਾਈ ਕਿਉਂਕਿ ਕੈਪਟਨ ਸਾਹਿਬ ਇੱਕ ਐਸੇ ਮਨੁੱਖ ਨੇ, ਲੋਕਾਂ ਦੇ ਵਿੱਚ ਇਹ ਗੱਲ ਲੱਗੀ ਬਿਲਕੁਲ ਸਹਿਬ ਹੀ ਸੀ ਕਿ ਜੇ ਕੈਪਟਨ ਆਏਗਾ ਤਾਂ ਪੰਜਾਬ ਬਚੇਗਾ, ਪੰਜਾਬ ਦੀ ਕਿਸਾਨੀ ਬਚੇਗੀ, ਪੰਜਾਬ ਦਾ ਵਪਾਰੀ ਬਚੇਗਾ ਔਰ ਜਿਹੜੀ ਅਫਸਰਸ਼ਾਹੀ ਹੈ ਉਹਨੂੰ ਪੂਰੀ ਨੱਥ ਪਾਈ ਹੋਈ ਸੀ ਪਹਿਲੇ ਰਾਜ ਦੇ ਵਿੱਚ 2002 ਤੋਂ 2007 ਤੱਕ। ਜਿਹੜੀਆਂ ਇਹ ਸਾਰੀਆਂ ਗੱਲਾਂ ਹੁਣ ਨਹੀਂ ਹੈਗੀਆਂ। ਮੇਰੇ ਹਲਕੇ ਦੇ ਵਿੱਚ ਜਦੋਂ ਮੈਂ ਇੱਥੋਂ ਇਲੈਕਸ਼ਨ ਲੜਿਆ, ਜਦੋਂ ਹੁਣ ਜਿੱਤਿਆ, ਸਾਡੀ ਇਲਾਕੇ ਦੀਆਂ ਮੇਨ ਮੰਗਾਂ ਸੀਗੀਆਂ, ਸ਼ਹਿਰੀਆਂ ਦੀ ਔਰ ਕਿਸਾਨੀਆਂ ਦੀ ਜਿਹੜੀ ਮੇਨ ਮੰਗ ਸੀ ਉਹ ਸੀ ਨਵੀਂ ਅਨਾਜ ਮੰਡੀ। ਅਸੀਂ ਪੈਰਵੀ ਕੀਤੀ, ਮੇਰਾ ਸਹਿਯੋਗ ਮਹਾਰਾਣੀ ਪ੍ਰਨੀਤ ਕੌਰ ਨੇ ਦਿੱਤਾ ਔਰ ਇਹ ਮੰਡੀ ਪੰਜਾਬ ਦੇ ਵਿੱਚ 6 ਮੰਡੀਆਂ ਬਣੀਆਂ ਨੇ, ਜਿਨ੍ਹਾਂ ਵਿੱਚੋਂ ਇੱਕ ਮੰਡੀ ਸਾਡੇ ਸ਼ਤਰਾਣੇ ਹਲਕੇ ਵਿੱਚ ਪਾਤਲਾਂ ਦੀ ਮੰਡੀ ਬਣੀ ਸੀ। ਇਸੇ ਤਰ੍ਹਾਂ ਹੋਰ ਬਹੁਤ ਸਾਰੀਆਂ ਮੰਗਾਂ ਨੇ, ਪਰ ਮੈਨੂੰ ਅੱਜ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਇਸ ਮੰਡੀ ਦਾ ਕਿਤੇ ਨਾਂ ਨਿਸ਼ਾਨ ਹੀ ਨਹੀਂ ਹੈ। ਨਾ ਮਹਾਰਾਣੀ ਸਾਹਿਬਾਂ ਮਿਲਦੀਆਂ ਹਨ, ਅਗਰ ਪੰਜਾਬ ਨੂੰ ਕੋਈ ਚਲਾ ਰਿਹਾ ਤਾਂ ਉਹ ਸੁਰੇਸ਼ ਕੁਮਾਰ ਚਲਾ ਰਿਹਾ ਔਰ ਸੁਰੇਸ਼ ਕੁਮਾਰ ਦੇ ਵਿੱਚ ਇੰਨਾ ਵੱਡਾ ਐਟੀਟਿਊਡ ਹੁੰਦਾ ਕਿ ਉਹ ਖੁਦ ਆਪ ਵੀ ਨਹੀਂ ਮਿਲਦਾ। ਕਹਿਣ ਦਾ ਭਾਵ ਹੈ ਕਿ ਕੈਪਟਨ ਅਮਰਿੰਦਰ ਸਿੰਘ ਟਾਈਮ ਹੀ ਨਹੀਂ ਦਿੰਦੇ ਆਪਣੇ MLA ਨੂੰ, ਟਾਈਮ ਹੀ ਨਹੀਂ ਦਿੰਦੇ ਆਪਣੇ ਕੈਬਨਿਟ ਮੰਤਰੀਆਂ ਨੂੰ। ਅਤੇ ਫਿਰ ਵਿਕਾਸ ਦੀ ਗੱਲ ਤੁਸੀਂ ਕਰਦੇ ਹੋ, ਰੋਜ਼ਗਾਰ ਦੀ ਗੱਲ ਤੁਸੀਂ ਕਰਦੇ ਹੋ, ਘਰ ਘਰ ਦੇ ਵਿੱਚ ਸਮਾਰਟਫੋਨ ਦੀ ਗੱਲ ਤੁਸੀਂ ਕਰਦੇ ਹੋ, ਘਰ ਘਰ ਦੇ ਵਿੱਚ ਸਿੱਖਿਆ ਦੇ ਮਿਆਰ ਨੂੰ ਵਧਾਉਣ ਦੀ ਗੱਲ ਕਰਦੇ ਹੋ, ਨਸ਼ਾ ਮੁਹਿੰਮ ਦੀ ਗੱਲ ਕਰਦੇ ਹੋ, ਅਤੇ ਕੈਪਟਨ ਸਾਹਿਬ ਜੇ ਤੁਸੀਂ ਮਿਲੋਗੇ ਹੀ ਨਹੀਂ ਤਾਂ ਇਹਨਾਂ ਸਾਰੀ ਗੱਲਾਂ ਦੇ ਉੱਤੇ ਧਿਆਨ ਕਿਵੇਂ ਦੇਵੋਗੇ, ਤਾਂ ਕਿਵੇਂ ਤੁਸੀਂ ਸੁਧਾਰ ਕਰੋਗੇ? ਖੁਦ ਆਪ ਦੇ ਹੀ ਮੰਤਰੀ ਤੁਹਾਡੇ ਤੋਂ ਪਰੇਸ਼ਾਨ ਚੱਲ ਰਹੇ ਹਨ, ਖੁਦ ਆਪ ਦੇ ਹੀ ਮੰਤਰੀ ਤੁਹਾਨੂੰ ਕਹਿ ਰਹੇ ਹਨ ਕਿ ਕੈਪਟਨ ਸਾਹਿਬ ਸਾਨੂੰ ਮਿਲ ਤਾਂ ਲਵੋ। ਗੱਲ ਇਹ ਵੀ ਸੁਣਨ 'ਚ ਸਾਹਮਣੇ ਆਈ ਹੈ ਕਿ ਸਿਰਫ ਨਿਰਮਲ ਸਿੰਘ ਹੀ ਨਹੀਂ ਸਗੋਂ ਪੰਜਾਬ ਦੇ ਵਿੱਚ 40 MLA ਹਨ ਜਿਹੜੇ ਕਿ ਟਿੱਪਣੀ ਨਹੀਂ ਕਰਦੇ ਕੈਪਟਨ ਅਮਰਿੰਦਰ ਸਿੰਘ ਦੇ ਕਿਸੇ ਵੀ ਕਾਰਗੁਜ਼ਾਰੀ ਨੂੰ ਲੈ ਕੇ। ਉਹ ਬਿਲਕੁਲ ਇਸ ਟਾਈਮ ਮੌਨ ਨੇ ਔਰ ਮੌਨ ਤੋਂ ਮੈਨੂੰ ਯਾਦ ਆਇਆ ਕਿ ਨਵਜੋਤ ਸਿੰਘ ਸਿੱਧੂ ਵੀ ਇਸ ਲੜੀ ਦੇ ਤਹਿਤ ਹੁਣੇ ਹਾਲ ਫਿਲਹਾਲ ਦੇ ਵਿੱਚ ਚੁੱਪ ਹਨ। ਲੇਕਿਨ ਜਦ ਨਵਜੋਤ ਸਿੰਘ ਸਿੱਧੂ ਵੀ ਬੋਲਦੇ ਸਨ ਤਾਂ ਫਿਰ ਇਹਨਾਂ ਸਾਰੇ MLAs ਨੂੰ ਲੱਗਦਾ ਸੀਗਾ ਜਾਂ ਫਿਰ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਘੁੰਮਦੇ ਹੋਏ ਜਿੰਨੇ ਵੀ ਉਹਨਾਂ ਦੇ ਮੰਤਰੀ ਸੀਗੇ ਜੋ ਕਿ ਰੋਜ਼ਾਨਾ ਸਵੇਰੇ ਉੱਠ ਕੇ ਸਿਰਫ ਕੈਪਟਨ ਅਮਰਿੰਦਰ ਸਿੰਘ ਦੀ ਭਗਤੀ ਕਰਦੇ ਹਨ, ਉਹਨਾਂ ਨੂੰ ਲੱਗਦਾ ਸੀਗਾ ਕਿ ਨਵਜੋਤ ਸਿੰਘ ਸਿੱਧੂ ਜਿਹੜਾ ਉਹ ਜ਼ਿਆਦਾ ਬੋਲਦਾ ਔਰ ਨਵਜੋਤ ਸਿੰਘ ਸਿੱਧੂ ਡਿਫੇਮ ਕਰ ਰਿਹਾ ਕੈਪਟਨ ਅਮਰਿੰਦਰ ਸਿੰਘ ਨੂੰ। ਇਹ ਸਾਰੀਆਂ ਗੱਲਾਂ ਜਿਹੜੀਆਂ ਹਨ ਇਹ ਖੁਦ ਆਪ ਹੀ ਉਹਨਾਂ ਦੇ ਮੰਤਰੀਆਂ ਵੱਲੋਂ ਕਹੀਆਂ ਜਾ ਰਹੀਆਂ ਹਨ। ਸਿਆਸੀ ਪੰਡਤਾਂ ਨੇ ਇਹ ਤੱਕ ਵੀ ਕਹਿਤਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਜਿਹੜਾ ਵਿਸ਼ਵਾਸ ਸੀਗਾ ਉਹ ਵਿਸ਼ਵਾਸ ਹਾਲ ਫਿਲਹਾਲ ਦੇ ਵਿੱਚ ਲੋਕਾਂ ਦੇ ਮਨਾਂ ਤੋਂ ਉਤਰਦਾ ਜਾ ਰਿਹਾ ਹੈ। ਲੇਕਿਨ ਜਦ ਇਹਦੀ ਸਫਾਈ ਔਰ ਇਸ ਦੇ ਉੱਤੇ ਜਦ ਸਵਾਲ ਪੁੱਛੇ ਗਏ ਪੰਜਾਬ ਕਾਂਗਰਸ ਦੇ ਪ੍ਰਧਾਨ
ਸੁਨੀਲ ਜਾਖੜ ਨੂੰ, ਤਾਂ ਉਹਨਾਂ ਨੇ ਕੀ ਕੁਝ ਬਿਆਨ ਦਿੱਤਾ, ਇੱਕ ਵਾਰੀ ਆਪਾਂ ਉਹਨਾਂ ਨੂੰ ਵੀ ਸੁਣ ਲੈਂਦੇ ਹਾਂ। ਮਸਲੇ ਨੂੰ ਪਾਰਟੀ ਨੇ ਬੜਾ ਗੰਭੀਰਤਾ ਨਾਲ ਲਿਆ ਤੇ ਖਾਸ ਤੌਰ ਤੇ ਆ ਜਿਹੜੀ ਰਿਜ਼ੈਂਟਮੈਂਟ ਆ ਜਿਹੜੀ ਉਹਨਾਂ ਦੇ ਖਦਸੇ ਸਾਹਮਣੇ ਆ ਰਹੇ ਹੈ, ਖੁਦ ਪਟਿਆਲਾ ਸੀਐਮ ਸਾਹਿਬ ਦੇ ਆਪਣੀ ਜਿਹੜਾ ਹਲਕਾ ਹੈ ਉੱਥੋਂ ਆ ਰਹੇ ਹੈ। ਸੋ ਸਾਡੇ ਵਾਸਤੇ ਪੰਜਾਬ ਦੇ ਕਿਸੇ ਹਿੱਸੇ ਦੇ ਅੰਦਰ ਲੋਕਾਂ ਦੀ ਜਿਹੜੀ ਮੇਨ ਸਮੱਸਿਆ ਹੈ ਉਹਨਾਂ ਨੂੰ ਹੱਲ ਕਰਨ ਵਾਸਤੇ ਐਡਮਿਨਿਸਟ੍ਰੇਸ਼ਨ ਕਿੰਨੀ ਕੁ ਪਾਬੰਦ ਹੈ ਜਾਂ ਲਾਪਰਵਾਹ ਹੈ ਜਾਂ ਮਨਮਾਨੀ ਕਰੀ, ਉਹਦੇ 'ਤੇ ਨਕੇਲ ਪਾਉਣਾ ਸਾਡਾ ਸਭ ਤੋਂ ਵੱਡਾ ਏਜੰਡਾ ਹੈ। ਅਸੀਂ ਕੋਸ਼ਿਸ਼ ਕਰਕੇ ਸਾਰੇ ਫੀਡਬੈਕ ਆਪਣੇ MLA ਸਾਹਿਬਾਨ ਸਾਰੇ ਜਿਹੜੇ ਉੱਥੇ ਸਾਡੇ ਵਰਕਰਸ ਹੈ ਉਹਨਾਂ ਤੋਂ ਲੈ ਕੇ ਇੱਕ ਸਮੂਹਿਕ ਤੌਰ 'ਤੇ ਕੁਲੈਕਟਿਵ ਤੌਰ 'ਤੇ CM ਸਾਹਿਬ ਦੇ ਕੋਲ ਇਹਦੇ ਉੱਤੇ ਅਗਰ ਕਿਤੇ ਨਾ ਕਿਤੇ ਕੋਈ ਲੈਗਜ਼ਿਟੀ ਹੈ ਉਹਨੂੰ ਅਸੀਂ ਰੈਕਟੀਫਾਈ ਕਰਨ ਵਾਸਤੇ ਜ਼ਰੂਰੀ ਕਦਮ ਉਠਾਵਾਂਗੇ। ਕੈਪਟਨ ਸਾਹਿਬ, ਹੁਣ ਤਾਂ ਤੁਹਾਡੇ ਆਪ ਦੇ ਮੰਤਰੀ ਬੋਲਣ ਲੱਗ ਪਏ, ਤੁਹਾਡੇ ਆਪ ਦੇ ਜਿਹੜੇ MLA ਨੇ ਉਹ ਬੋਲਣ ਲੱਗ ਪਏ, ਟਾਈਮ ਤਾਂ ਦੇ ਦਿਓ ਉਹਨਾਂ ਨੂੰ। ਚਲੋ ਟਾਈਮ ਨਹੀਂ ਵੀ ਦੇ ਸਕਦੇ, ਜੇਕਰ ਤੁਹਾਡੇ ਕੋਲ ਟਾਈਮ ਹੈ ਵੀ ਨਹੀਂ, ਤੁਸੀਂ CM ਹੋ, ਲੇਕਿਨ ਵਿਕਾਸ ਤਾਂ ਕਰ ਦੇਵੋ ਪੰਜਾਬ ਦਾ, ਜਿਹੜੇ ਤੁਸੀਂ ਵਾਅਦੇ ਕੀਤੇ ਸੀਗੇ। 3 ਸਾਲ ਪੂਰੇ ਹੋਣ ਜਾ ਰਹੇ ਨੇ, ਸਭ ਤੋਂ ਵੱਡਾ ਵਾਅਦਾ ਜਿਹੜਾ ਤੁਸੀਂ ਕੀਤਾ ਸੀਗਾ, ਸਾਨੂੰ ਯਾਦ ਆ ਵਿਧਾਨ ਸਭਾ ਦੇ ਵਿੱਚ ਕਿ ਬੇਅਦਬੀ ਮਾਮਲਿਆਂ ਦੇ ਜਿਹੜੇ ਵੀ ਦੋਸ਼ੀ ਹੋਣਗੇ ਉਹਨਾਂ ਨੂੰ ਮੈਂ ਸਾਹਮਣੇ ਲਿਆਵਾਂਗਾ। ਕੀ ਹੋਇਆ ਉਸ ਵਾਅਦੇ ਦਾ? ਘੱਟੋ ਘੱਟ ਪੰਜਾਬ ਦੇ ਕਿਸਾਨਾਂ ਦਾ ਹੀ ਧਿਆਨ ਰੱਖ ਲਓ, ਸਿਰਫ ਖਜ਼ਾਨਾ ਖਾਲੀ ਹੈ ਗੱਲ ਕਰਕੇ ਮੀਡੀਆ ਦੇ ਵਿੱਚ ਜਾਦੂ ਦੀ ਛੜੀ ਦੇ ਨਾਲ ਖਜ਼ਾਨਾ ਨਹੀਂ ਭਰਿਆ ਜਾਂਦਾ। ਲੇਕਿਨ ਕੋਈ ਤਾਂ ਛੜੀ ਲਿਆਓ ਜਿਹਦੇ ਨਾਲ ਖਜ਼ਾਨਾ ਭਰਿਆ ਜਾ ਸਕੇ। ਪੰਜਾਬ ਦੇ ਉਹਨਾਂ ਕਿਸਾਨਾਂ ਦੀ ਜਿਹੜੀ ਬਦਹਾਲੀ ਇਸ ਟਾਈਮ ਹਾਲ ਫਿਲਹਾਲ ਦੇ ਵਿੱਚ ਹੋਈ ਹੋਈ ਹੈ ਉਹਨੂੰ ਤੁਸੀਂ ਵਧੀਆ ਤਰੀਕੇ ਨਾਲ ਅੱਗੇ ਰੱਖ ਸਕੋ। ਕੈਬਿਨੇਟ ਦੇ ਵਿੱਚ ਤੁਸੀਂ ਨਵੇਂ ਜਿਹੜੇ ਮੰਤਰੀ ਹਨ ਉਹਨਾਂ ਨੂੰ ਤੁਸੀਂ ਲੈ ਕੇ ਆਇਓ, ਨਵੇਂ ਤੁਸੀਂ ਮੰਤਰੀ ਬਣਾਏ ਹਨ। ਕਿ ਤੁਹਾਨੂੰ ਲੱਗਦਾ ਸੀਗਾ ਇਹਨਾਂ ਮੰਤਰੀਆਂ ਦੀ ਲੋੜ ਸੀਗੀ ਤੁਹਾਨੂੰ? ਕਿ ਤੁਹਾਨੂੰ ਲੱਗਦਾ ਸੀਗਾ ਕਿ ਮੈਨੂੰ ਹਜੇ ਕੈਬਿਨੇਟ ਦਾ ਵਿਸਥਾਰ ਕਰਨਾ, ਆਪਣੀ ਵਜ਼ਾਰਤ ਜਿਹੜੀ ਹੈ ਹੋਰ ਉਹਨੂੰ ਅੱਗੇ ਵਧਾਉਣਾ? ਇੰਨੇ ਵਜ਼ੀਰਾਂ ਦੀ ਤੁਹਾਨੂੰ ਕੀ ਲੋੜ ਸੀਗੀ ਜਦ ਤੁਹਾਡੇ ਇਸ ਸੂਬੇ ਦੇ ਵਿੱਚ, ਇਸ ਸਟੇਟ ਦੇ ਵਿੱਚ ਰਹਿੰਦੇ ਵਸਨੀਕ ਹੀ ਤੁਹਾਡੇ ਤੋਂ ਖੁਸ਼ ਨਹੀਂ ਹਨ? ਅੱਜ ਤਾਂ ਤੁਹਾਡੇ ਮੰਤਰੀ ਬੋਲ ਰਹੇ ਹਨ, ਲੇਕਿਨ ਕੱਲ੍ਹ ਨੂੰ ਹੋ ਵੀ ਸਕਦਾ ਕਿ ਜਦ ਜਿਨ੍ਹਾਂ ਵੋਟਰਾਂ ਨੇ ਤੁਹਾਨੂੰ ਵੋਟ ਦਿੱਤਾ ਉਹ ਵੀ ਬੋਲਣ, ਤਾਂ ਤੁਸੀਂ ਉਹ ਮੌਕਾ ਵਿਰੋਧੀ ਧਿਰਾਂ ਨੂੰ ਵੀ ਦਿੱਤਾ। ਕੈਪਟਨ ਸਾਹਿਬ, ਸਿਰਫ ਨਿਰਮਲ ਸਿੰਘ ਹੀ ਨਹੀਂ ਸਗੋਂ ਨਵਜੋਤ ਸਿੰਘ ਸਿੱਧੂ, ਪ੍ਰਤਾਪ ਬਾਜਵਾ, ਕੁਲਬੀਰ ਸਿੰਘ ਜੀਰਾ ਵਰਗੇ ਕਈ ਸਾਰੇ ਅਹਿਮ ਲੀਡਰ ਹਨ ਜੋ ਕਿ ਦਬੀ ਜ਼ਬਾਨ ਦੇ ਵਿੱਚ ਬੋਲਦੇ ਸੀਗੇ, ਲੇਕਿਨ ਅੱਜ ਉਹ ਖੁੱਲ੍ਹ ਕੇ ਸਾਹਮਣੇ ਆ ਰਹੇ ਹਨ। ਕੈਪਟਨ ਸਾਹਿਬ, ਮਿਲ ਤਾਂ ਲਵੋ, ਇਸੇ ਦੇ ਉੱਤੇ ਕਰਾਂਗੇ ਅੱਜ ਵਿਚਾਰ, ਇਹੀ ਅੱਜ ਦਾ ਮੁੱਦਾ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਕੈਪਟਨ ਸਾਹਿਬ ਤਾਂ ਮਿਲਦੇ ਹੀ ਨਹੀਂ, ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਅਤੇ ਹੁਣ ਇਸ ਦੇ ਉੱਤੇ ਹੋਰ ਚਾਨਣਾ ਪਾਉਣ ਦੇ ਲਈ ਅਸੀਂ ਵੱਖ-ਵੱਖ ਪਾਰਟੀਆਂ ਦੇ ਜਿਹੜੇ ਨੁਮਾਇੰਦੇ ਹਨ ਬੁਲਾ ਰਹੇ ਹਨ, ਉਹਨਾਂ ਨੂੰ ਵੀ ਸੁਣਨਾ ਚਾਹੁੰਦੇ ਹਨ। ਯੂਥ ਕੀ ਸਮਝਦਾ? ਜੇਕਰ ਅਸੀਂ ਪੰਜਾਬ ਦੇ ਵਿੱਚ ਯੂਥ ਇੰਪਾਵਰਮੈਂਟ ਦੀ ਗੱਲ ਕਰਦੇ ਹਾਂ, ਨਵੀਂ ਪਨੀਰੀ ਨੂੰ ਅੱਗੇ ਲਿਆਉਣ ਦੀ ਗੱਲ ਕਰਦੇ ਹਾਂ, ਤਾਂ ਕਾਫੀ ਲੰਬੇ ਜਿਹੜੇ ਲਿਸਟ ਜਿਹੜੀ ਹੈ ਉਹ ਸਾਹਮਣੇ ਆ ਜਾਂਦੀ ਹੈ, ਭਾਵੇਂ ਉਹ ਸ਼੍ਰੋਮਣੀ ਅਕਾਲੀ ਦਲ ਨੇ ਬਣਾਈ ਹੋਏ, ਭਾਵੇਂ ਉਹ ਲਿਸਟ ਜਿਹੜੀ ਹੈ ਕਾਂਗਰਸ ਨੇ ਬਣਾਈ ਹੋਏ। ਲੇਕਿਨ ਗੱਲ ਇੱਥੇ ਆ ਕੇ ਮੁੱਕਦੀ ਹੈ ਕਿ ਆਖਿਰਕਾਰ ਨਵੀਂ ਪਨੀਰੀ ਦੇ ਲਈ ਕੀ ਹੋ ਰਿਹਾ, ਅਤੇ ਉਹ ਜਿਹੜਾ ਫੈਕਟਰ ਹੈਗਾ ਉਹਨੂੰ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ। ਜਸਵੀਰ ਸਿੰਘ ਟੁੱਟ ਮੇਰੇ ਨਾਲ ਮੌਜੂਦ ਹਨ, ਜੋ ਕਿ ਜਨਰਲ ਸਕੱਤਰ ਹਨ ਸ਼੍ਰੋਮਣੀ ਅਕਾਲੀ ਦਲ USA ਯੂਥ ਵਿੰਗ ਦੇ, ਅਤੇ ਉੱਥੇ ਦੂਜੇ ਪਾਸੇ ਮੇਰੇ ਨਾਲ ਪੰਜਾਬ ਚੈਪਟਰ ਤੋਂ ਪ੍ਰਧਾਨ ਓਵਰਸੀਜ਼ ਕਾਂਗਰਸ ਦੇ ਸਤੀਸ਼ ਸ਼ਰਮਾ ਨੇ। ਦੋਵਾਂ ਦਾ ਮੈਂ ਨਿੱਘਾ ਸਵਾਗਤ ਕਰਦਾ ਇਸ ਮੰਚ ਦੇ ਉੱਤੇ। ਸਭ ਤੋਂ ਪਹਿਲਾਂ ਸਵਾਲ ਤਾਂ ਮੈਂ ਸਤੀਸ਼ ਸ਼ਰਮਾ ਜੀ ਹੋਰਾਂ ਤੋਂ ਲੈਣਾ ਚਾਹਾਂਗਾ। ਸਤੀਸ਼ ਸ਼ਰਮਾ ਜੀ, ਕੈਪਟਨ ਸਾਹਿਬ ਤਾਂ ਮਿਲਦੇ ਹੀ ਨਹੀਂ, ਇਹ ਹੁਣ ਮੈਂ ਨਹੀਂ ਖੁਦ ਆਪ ਦੇ ਤੁਹਾਡੇ ਜਿਹੜੇ MLA ਹਨ, ਕੈਬਨਿਟ ਮੰਤਰੀ ਹਨ, ਉਹ ਕਹਿ ਰਹੇ ਹਨ। ਸਭ ਤੋਂ ਪਹਿਲਾਂ ਜੀ ਜਸ ਪੰਜਾਬੀ ਪ੍ਰੋਗਰਾਮ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਮੈਂ ਸਤਿ ਸ਼੍ਰੀ ਅਕਾਲ ਕਹਿੰਦਾ। ਤੇ ਇਹ ਜਿਹੜਾ ਅੱਜ ਦੇ ਮੁੱਦੇ ਤੇ ਤੁਸੀਂ ਕੁਐਸਚਨ ਪੁੱਛਿਆ ਹੈ ਕੈਪਟਨ ਸਾਹਿਬ ਬਾਰੇ, ਦੇਖੋ ਇਹ ਇਸ ਟਰਮ ਤੇ ਨਹੀਂ, ਪਿਛਲੀ ਟਰਮ ਤੇ ਵੀ ਜਦੋਂ ਕੈਪਟਨ ਸਾਹਿਬ ਦੀ ਸਰਕਾਰ ਰਹੀ ਸੀ ਉਦੋਂ ਵੀ ਇਹ ਕੰਪਲੇਂਟ ਕਾਫੀ ਅਪੋਜੀਸ਼ਨ ਵਾਲੇ, ਕੁਛ ਅੰਦਰੂਨੀ, ਤੁਹਾਨੂੰ ਪਤਾ ਪਾਰਟੀ ਦੇ ਵਿੱਚ ਕੁਛ ਚੱਲ ਰਿਹਾ ਹੁੰਦਾ, ਜਿਵੇਂ ਖਾਸ ਕਰਕੇ ਸਾਡੇ ਆਪਣੇ ਸਿੱਧੂ ਸਾਹਿਬ ਦੇ ਜਿਹੜੇ ਮਹਿਤੀ ਨੇ ਉਹ ਕੋਈ ਆਪਣੇ ਬਿਆਨ ਡਿਫਰੈਂਟ ਤਰੀਕੇ ਨਾਲ ਨਾਰਾਜ਼ਗੀ ਭਰੇ ਰੱਖ ਰਹੇ ਨੇ। ਤੇ ਬਾਕੀ ਦੇਖੋ ਨਾਰਾਜ਼ਗੀਆਂ ਚੱਲਦੀਆਂ ਰਹਿੰਦੀਆਂ, ਬਾਕੀ ਬਹੁਤ ਕਰ ਰਹੇ ਨੇ ਸਾਹਿਬ, ਤੇ ਜਿੱਥੇ ਨਾ ਮਿਲਣ ਵਾਲੀ ਗੱਲ ਆ ਉੱਥੇ ਅਸੀਂ ਦੂਰ ਬੈਠੇ ਹਾਂ, ਇਹ ਆਵਾਜ਼ ਸਾਡੇ ਤੱਕ ਵੀ ਜ਼ਰੂਰ ਪਹੁੰਚਦੀ ਆ। ਮੈਂ ਇਹਦੇ ਵਿੱਚ ਬਿਲਕੁਲ ਤੁਹਾਡੇ ਨਾਲ ਸਹਿਮਤ ਵੀ ਹੋਵਾਂਗਾ, ਇਹ ਜ਼ਰੂਰ ਆਵਾਜ਼ ਉੱਠਦੀ ਆ ਕਿ ਉਹ ਘੱਟ ਮਿਲਦੇ ਨੇ ਜਾਂ ਪ੍ਰਵਾਹ ਨਹੀਂ ਕਰਦੇ, ਇਹ ਜ਼ਰੂਰ ਸੁਣ 'ਚ ਮਿਲਦੀ ਆ।
ਨਹੀਂ ਸੁਣਨ ਨੂੰ ਮਿਲਦੀ ਹੈ, ਲੇਕਿਨ ਇਹ ਤਾਂ ਫਿਰ ਗੱਲ ਤਾਂ ਬਿਲਕੁਲ ਸਾਹਮਣੇ ਸਪਸ਼ਟ ਹੋ ਜਾਂਦੀ ਹੈ ਨਾ ਕਿ ਜੇਕਰ ਉਹ ਆਪਣੇ MLA ਨੂੰ ਹੀ ਨਹੀਂ ਮਿਲਦੇ, ਆਪਣੇ ਮੰਤਰੀਆਂ ਨੂੰ ਹੀ ਨਹੀਂ ਮਿਲਦੇ, ਤਾਂ ਫਿਰ ਪੰਜਾਬ ਚਲਾ ਕੌਣ ਰਿਹਾ? ਫਿਰ ਪੰਜਾਬ ਦੇ ਜਿਹੜੇ ਵਸਨੀਕ ਹਨ ਉਹਨਾਂ ਨੂੰ ਕਿਸ ਦੇ ਉੱਤੇ ਉਮੀਦ ਹੋਣੀ ਚਾਹੀਦੀ ਹੈ? ਫਿਰ ਪੰਜਾਬ ਦੇ ਭਵਿੱਖ ਦਾ ਕੀ, ਜੋ ਕਿ ਉਹਨਾਂ ਨੂੰ ਮੌਕਾ ਦਿੱਤਾ ਗਿਆ 2017 ਦੇ ਵਿੱਚ, ਬਕਾਇਦਾ ਉਹਨਾਂ ਨੂੰ ਸਿਰਫ 60 ਸੀਟਾਂ ਹੀ ਨਹੀਂ, 70 ਤੋਂ ਵੱਧ ਕੇ ਸੀਟਾਂ ਜਿਹੜੀਆਂ ਉਹ ਪੰਜਾਬ ਦੇ ਵਿੱਚ ਦਿੱਤੀਆਂ ਗਈਆਂ। ਲਗਭਗ 80 ਸੀਟਾਂ ਦੇ ਉੱਤੇ, 117 ਸੀਟਾਂ ਵਿੱਚੋਂ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਵਿਸ਼ਵਾਸ ਜਿਤਾਇਆ ਗਿਆ, ਅਤੇ ਫਿਰ ਇਹ ਤਾਂ ਵਿਸ਼ਵਾਸਘਾਤ ਹੋ ਗਿਆ ਲੋਕਾਂ ਦੇ ਲਈ। ਸਤੀਸ਼ ਜੀ, ਮੈਂ ਇਸ ਦੇ ਉੱਤੇ ਜ਼ਰੂਰ ਰਿਐਕਸ਼ਨ ਲੈਣਾ ਚਾਹਾਂਗਾ। ਜਸਵੀਰ ਸਿੰਘ ਟੁੱਟ ਹੋਰਾਂ ਦਾ ਅਕਾਲੀ ਦਲ ਤੋਂ ਯੂਥ ਦੇ ਬੁਲਾਰੇ ਹਨ ਜੀ। ਟੁੱਟ ਸਾਹਿਬ, ਸਭ ਤੋਂ ਪਹਿਲਾਂ ਤਾਂ ਜਸ ਪੰਜਾਬੀ ਦੇਖ ਰਿਹਾ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਸ ਮੰਚ 'ਤੇ ਸਾਨੂੰ ਇੱਕ ਮੌਕਾ ਦਿੱਤਾ ਕਿ ਅਸੀਂ ਆਪਣੇ ਵਿਚਾਰ ਰੱਖ ਸਕੀਏ। ਦੇਖੋ, ਸਾਡੇ ਵੱਡੇ ਵੀਰ ਹੋਣਾਂ ਨੇ ਆਪ ਹੀ ਦੱਸ ਦਿੱਤਾ ਕਿ ਕੈਪਟਨ ਸਾਹਿਬ ਕਿਸੇ ਨੂੰ ਮਿਲਦੇ ਨਹੀਂ, ਸੋ ਇਹਨਾਂ 'ਤੇ ਉਸ ਗੱਲ 'ਤੇ ਇਹਨਾਂ ਨੇ ਆਪਣੀ ਪੱਕੀ ਮੋਹਰ ਲਾ ਦਿੱਤੀ ਆ। ਬਾਕੀ ਦੇਖੋ, ਇਹ ਕੋਈ ਨਵੀਂ ਗੱਲ ਨਹੀਂ, 5 ਸਾਲ ਪਹਿਲਾਂ ਵੀ ਕੈਪਟਨ ਸਾਹਿਬ CM ਰਹੇ ਸੀਗੇ, ਅਤੇ ਉਦੋਂ ਵੀ ਇਹ ਪ੍ਰੋਬਲਮ ਆਈਆਂ ਸੀਗੀਆਂ ਕਿ ਈਵਨ 40 MLA ਬੀਬੀ ਭੱਟਣ ਹੋਣਾਂ ਦੀ ਅਗਵਾਈ 'ਚ ਦਿੱਲੀ ਕੂਚ ਕਰ ਗਏ ਸੀਗੇ ਕੈਪਟਨ ਸਾਹਿਬ ਨੂੰ ਲਾਉਣ ਵਾਸਤੇ। ਚਲੋ ਠੀਕ ਆ, ਗਾਂਧੀ ਪਰਿਵਾਰ ਨਾਲ ਇਹਨਾਂ ਦੀਆਂ ਵਫ਼ਾਦਾਰੀਆਂ ਦਾ ਕਰਕੇ ਉਦੋਂ ਵੀ ਬਚੇ ਰਹੇ, ਅਤੇ ਹੁਣ ਵੀ ਦੁਬਾਰਾ ਉਹੀ ਪ੍ਰੋਬਲਮ। ਦੇਖੋ, 80 MLA ਨੇ ਕਾਂਗਰਸ ਦੇ, ਅਤੇ ਪੰਜਾਬ ਦੀ ਆਬਾਦੀ ਲਗਭਗ 3 ਕਰੋੜ ਆ। ਜੇ ਕੈਪਟਨ ਸਾਹਿਬ 80 ਲੋਕਾਂ ਨੂੰ ਇਕੱਠਿਆਂ ਨਹੀਂ ਰੱਖ ਸਕਦੇ, ਉਹਨਾਂ ਨੂੰ ਖੁਸ਼ ਨਹੀਂ ਰੱਖ ਸਕਦੇ, ਤਾਂ ਪੰਜਾਬ ਦੇ 3 ਕਰੋੜ ਲੋਕ ਉਹਨਾਂ ਤੋਂ ਕੀ ਆਸ ਰੱਖ ਸਕਦੇ ਆ? ਅਤੇ ਦੂਸਰੀ ਗੱਲ ਸਭ ਤੋਂ ਵੱਡੀ ਕਿ ਜਿਹੜੀ ਇਸ ਵੇਲੇ ਕੈਪਟਨ ਸਰ ਲੋਕਾਂ ਨੇ ਕੈਪਟਨ ਸਾਹਿਬ 'ਤੇ ਵਿਸ਼ਵਾਸ ਨਹੀਂ ਕੀਤਾ, ਲੋਕਾਂ ਨੇ ਕਾਂਗਰਸ ਪਾਰਟੀ 'ਤੇ ਵਿਸ਼ਵਾਸ ਨਹੀਂ ਕੀਤਾ, ਲੋਕਾਂ ਨੇ ਝੂਠੇ ਵਾਅਦਿਆਂ ਅਤੇ ਲਾਰਿਆਂ 'ਤੇ ਵਿਸ਼ਵਾਸ ਕਰ ਲਿਆ। ਇੰਨੀ ਬੇਇੱਜ਼ਤੀ ਅਤੇ ਬੇਇਤਬਾਰੀ ਕਾਂਗਰਸ 'ਤੇ ਆ ਕਿ ਕੈਪਟਨ ਸਾਹਿਬ ਨੂੰ ਖੁਦ, ਜਿਹੜੇ ਪੰਜਾਬ ਦੇ ਸਭ ਤੋਂ ਵੱਡੇ ਲੀਡਰ ਮੰਨੇ ਜਾਂਦੇ ਉਹਨਾਂ ਦੇ, ਉਹਨਾਂ ਨੂੰ ਗੁਟਕਾ ਸਾਹਿਬ ਹੱਥ 'ਚ ਫੜ ਕੇ ਸੌਹਾਂ ਖਾਣੀਆਂ ਪਈਆਂ ਕਿ ਪੰਜਾਬੀਓ ਮੇਰੀ ਆਖਰੀ ਟਰਮ ਆ, ਮੈਨੂੰ ਇੱਕ ਵਾਰੀ ਮੌਕਾ ਦੇ ਕੇ ਦੇਖ ਲਓ। ਪੰਜਾਬੀਆਂ ਨੇ ਚਲੋ ਉਸ ਗੱਲ 'ਤੇ ਟਰੱਸਟ ਕੀਤਾ, ਘਰ ਘਰ ਨੌਕਰੀ 'ਤੇ ਟਰੱਸਟ ਕੀਤਾ, ਨਸ਼ਿਆਂ 4 ਹਫ਼ਤਿਆਂ 'ਚ ਨਸ਼ੇ ਖਤਮ ਕਰਨ 'ਤੇ ਟਰੱਸਟ ਕੀਤਾ, ਪਰ ਕੈਪਟਨ ਸਾਹਿਬ ਨੇ ਅਤੇ ਕਾਂਗਰਸ ਨੇ ਜਿਹੜੀ ਇਹਨਾਂ ਦੀ ਫਿਤਰਤ ਆ, ਦੇਖੋ ਸਾਨੂੰ ਤਾਂ ਪਹਿਲੇ ਕੋਈ ਉਮੀਦ ਨਹੀਂ ਸੀ, ਚਲੋ ਇੱਕ ਇਹ ਵੀ ਸੋਚਿਆ ਸੀ ਕਿ ਸ਼ਾਇਦ ਇਸ ਵਾਰ ਕੁਛ ਕਰ ਜਾਣਗੇ। ਇਹ ਕੈਪਟਨ ਸਾਹਿਬ ਦੀ ਅਤੇ ਕਾਂਗਰਸ ਦੀ ਫਿਤਰਤ ਆ, ਹਰ ਵਾਰ ਧੋਖਾ ਕਰਨਾ, ਅਤੇ ਉਹੀ ਉਹਨਾਂ ਨੇ ਆਪਣੀ ਫਿਤਰਤ ਜਿਹੜੀ ਉਹ ਜਾਰੀ ਰੱਖੀ ਆ। ਸੋ ਪੰਜਾਬ ਦੇ ਲੋਕ ਹੁਣ ਚੰਗੀ ਤਰ੍ਹਾਂ ਜਾਣ ਚੁੱਕੇ ਆ, ਅਤੇ ਆਉਂਦੀਆਂ ਚੋਣਾਂ 'ਚ ਇਹਨਾਂ ਨੂੰ ਜ਼ਰੂਰ ਸਬਕ ਸਿਖਾਉਣਗੇ। ਸਤੀਸ਼ ਜੀ, ਇਹਦਾ ਮਤਲਬ ਫਿਰ ਨਵਜੋਤ ਸਿੰਘ ਸਿੱਧੂ ਬਿਲਕੁਲ ਠੀਕ ਸੀਗੇ, ਪ੍ਰਤਾਪ ਬਾਜਵਾ ਬਿਲਕੁਲ ਠੀਕ ਸੀਗੇ, ਕੁਲਬੀਰ ਸਿੰਘ ਜੀਰਾ ਬਿਲਕੁਲ ਠੀਕ ਸੀਗੇ, ਨਿਰਮਲ ਸਿੰਘ ਬਿਲਕੁਲ ਠੀਕ ਨੇ। ਦੇਖੋ ਜੀ, ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਭਾਈ ਸਾਹਿਬ ਕਹਿ ਰਹੇ ਨੇ ਇਹ ਅਕਾਲੀ ਦਲ ਵਿੱਚ ਵੀ ਬਥੇਰੀ ਫੁੱਟ ਰਹੀ ਆ, ਮੀਟਿੰਗ ਆਫ ਮਾਈਂਡ ਹਰ ਹਰ ਮੰਤਰੀ ਦੀ ਇੱਕ ਦੂਜੇ ਨਾਲ ਨਹੀਂ ਬਣਦੀ, ਪਰ ਕਾਂਗਰਸ ਦੇ ਵਿੱਚ ਇਹ ਥੋੜੀ ਬਦਕਿਸਮਤੀ ਰਹੀ ਆ ਕਿ ਨਵਜੋਤ ਸਿੰਘ ਜੀ ਸਿੱਧੂ ਜੀ ਜਦੋਂ ਉਹਨਾਂ ਦਾ ਪੋਰਟਫੋਲੀਓ ਚੇਂਜ ਕੀਤਾ, ਉਸ ਤੋਂ ਪਹਿਲਾਂ ਮਨਪ੍ਰੀਤ ਸਿੰਘ ਜੀ, ਬਾਦਲ, ਨਵਜੋਤ ਸਿੰਘ ਸਿੱਧੂ ਜੀ ਔਰ ਕੈਪਟਨ ਸਾਹਿਬ ਬਹੁਤ ਵਧੀਆ ਸਰਕਾਰ ਨੇ ਕੰਮ ਕੀਤਾ। ਬਾਕੀ ਜਿਹੜਾ ਨਸ਼ਿਆਂ ਦਾ ਕੰਮ ਦੀ ਗੱਲਬਾਤ ਕਰ ਰਹੇ ਹੋ, ਉਹ ਓਵਰਨਾਈਟ ਠੀਕ ਨਹੀਂ ਹੋ ਸਕਦਾ ਸੀ, ਉਹ ਕਾਫੀ ਕੁਝ ਠੀਕ ਹੋਇਆ ਹੈ। ਤੁਸੀਂ ਦੇਖੋ ਜਿਵੇਂ ਕਿ ਕਾਂਗਰਸ ਦੀ ਜਿਵੇਂ ਕੀ ਠੀਕ ਹੋਇਆ, ਮਤਲਬ ਜੋ ਕੁਛ ਵੀ ਪਹਿਲਾਂ ਨਸ਼ਿਆਂ ਦਾ ਬਹੁਤ ਜ਼ਿਆਦਾ ਖਿਲਾਰ ਸੀ ਪੰਜਾਬ ਦੇ ਵਿੱਚ, ਥਾਂ ਥਾਂ ਤੇ ਖੁਦਕੁਸ਼ੀਆਂ, ਸਾਰਾ ਕੁਛ, ਉਹ ਕਾਫੀ ਕੁਛ ਘਟਿਆ, ਠੀਕ ਹੈ ਜੀ, ਤੇ ਹੋਰ ਵੀ ਉਹ ਕਰ ਰਹੇ ਨੇ। ਬਾਕੀ ਦੇਖੋ ਜਿਹੜੇ ਕਾਂਗਰਸ ਦੇ ਵਿੱਚ ਕੁਛ ਬਾਗੀ ਕਹਿ ਸਕਦੇ ਆ, ਜਿਹਨਾਂ ਦੀ ਆਵਾਜ਼ ਥੋੜੀ ਜੀ ਕੈਪਟਨ ਸਾਹਿਬ ਨਾਲ, ਸਾਡੇ MLA ਕਹਿ ਰਹੇ ਨੇ ਕਿ ਸਾਨੂੰ ਫੰਡ ਹੀ ਨਹੀਂ ਮਿਲਦਾ, ਅਸੀਂ ਕੀ ਜਾ ਕੇ ਲੋਕਾਂ ਨੂੰ ਮੂੰਹ ਦਿਖਾਈਏ, ਅਸੀਂ ਤਾਂ ਹੁਣ ਜਿਹੜੇ ਸਾਨੂੰ ਘਰ ਦੇ ਵਿੱਚ ਸਾਡੀ ਜਿਹੜੀ ਇਨਵੀਟੇਸ਼ਨ ਦੇਣ ਆਉਂਦੇ ਹਨ, ਇੱਕ MLA ਹਮੇਸ਼ਾ ਜਦ ਸਵੇਰੇ ਉੱਠਦਾ ਹੈ ਕੁੰਡੀਆਂ ਮੁੱਛਾਂ ਕਰਕੇ ਆਪਣੀ, ਤਾਂ ਉਹਨੂੰ ਬੜਾ ਉਹਦੇ ਮਨ ਦੇ ਵਿੱਚ ਚਾਅ ਹੁੰਦਾ ਕਿ ਮੇਰੇ ਘਰ ਦੇ ਵਿੱਚ 100-150 ਬੰਦਾ ਆਏ, ਉਹ ਮੇਰੇ ਨਾਲ ਸਾਹਮਣੇ ਹੱਥ ਜੋੜ ਕੇ ਖੜ੍ਹੇ ਹੋਣ, ਕੋਰਟ ਕਚਹਿਰੀ ਦੇ ਵਿੱਚ ਜਿਨ੍ਹਾਂ ਦੇ ਮਸਲੇ ਹੁੰਦੇ ਹਨ, ਮੈਂ ਸਵੇਰੇ ਥਾਣੇ ਦੇ ਵਿੱਚ ਫੋਨ ਕਰਾਂ, ਕਈ ਟੂਰਨਾਮੈਂਟ ਵਾਲੇ ਮੈਨੂੰ ਸੱਦਾ ਪੱਤਰ ਦੇਣ ਆਉਂਦੇ ਨੇ, ਕਈ ਮੈਨੂੰ ਹੋਰ ਵੀ ਜਿਹੜੇ ਇਨਵੀਟੇਸ਼ਨ ਨੇ ਉਹ ਦੇਣ ਆਉਂਦੇ ਨੇ, ਲੇਕਿਨ ਮੈਂ ਜਾਵਾਂ ਕਿੱਥੇ? ਮੈਂ ਜਾਵਾਂਗਾ ਤਾਂ ਘੱਟੋ ਘੱਟ ਮੈਨੂੰ 1 ਲੱਖ ਰੁਪਏ 2 ਲੱਖ ਰੁਪਏ ਉੱਥੇ ਦੇਣਾ ਵੀ ਪਊਗਾ, ਲੇਕਿਨ ਮੇਰੇ ਕੋਲ ਤਾਂ ਹੈ ਹੀ ਨਹੀਂ ਕੁਛ, ਮੈਨੂੰ ਤਾਂ ਕੈਪਟਨ ਸਾਹਿਬ ਨੇ ਕੁਛ ਦਿੱਤਾ ਹੀ ਨਹੀਂ। ਜਾਂ ਦੇਖੋ ਜੀ, ਇਹ ਤਾਂ ਕੋਈ ਨਾ ਕੋਈ ਬਲੇਮ ਲਾਉਣ ਵਾਲੇ ਜੋ ਵੀ ਕਹਿ ਸਕਦੇ ਨੇ, ਮੈਂ ਇਹਦੇ ਬਾਰੇ ਕੁਛ ਨਹੀਂ ਕਹਿਣਾ ਚਾਹੁੰਦਾ, ਠੀਕ ਹੈ ਜੀ, ਕਿਉਂਕਿ ਇਹ ਤੱਥਾਂ ਦੇ ਆਧਾਰ ਤੇ ਗੱਲਾਂ ਨੇ ਕਿ ਜੇ ਕੈਪਟਨ ਸਾਹਿਬ ਨੇ ਕੁਛ ਨਹੀਂ ਦਿੱਤਾ ਜਾਂ ਦਿੱਤਾ, ਜਾਂ ਉਹਨਾਂ ਦੀ ਅਥਾਰਟੀ ਕੀ ਆ, ਜਾਂ ਉਹਨਾਂ ਦੀ ਅਥਾਰਟੀ ਦੇ ਮੁਤਾਬਕ ਕੀ ਅਨਾਊਂਸ ਕਰ ਸਕਦੇ ਨੇ ਜਿੱਥੇ ਜਾਂਦੇ ਨੇ, ਹਰ ਏਰੀਏ ਦੇ MLA ਨੂੰ। ਸਤੀਸ਼ ਜੀ, ਆਈ ਥਿੰਕ ਦਿਸ ਇਜ਼ ਨਾਟ ਅ ਐਪਰੋਪ੍ਰੀਏਟ ਆਨਸਰ ਫਰੋਮ ਯੂ, ਦਿਸ ਇਜ਼ ਨਾਟ ਅ ਐਪਰੋਪ੍ਰੀਏਟ ਆਨਸਰ, ਸਿੰਸ ਯੂ ਗਾਇਜ਼ ਐਂਡੋਜ਼ਡ, ਤੁਸੀਂ ਉਹਨਾਂ ਨੂੰ ਐਂਡੋਰਸ ਕਰਦੇ ਹੋ ਓਵਰਸੀਜ਼ ਦੇ ਵਿੱਚ, ਪੰਜਾਬੀ ਤੁਹਾਡਾ ਸਾਥ ਦਿੰਦੇ ਹਨ ਜਦ ਵੀ ਕੋਈ ਵੀ ਭਾਵੇਂ ਉਹ ਈਵੈਂਟ ਹੁੰਦਾ ਹੈ, ਅਤੇ ਓਵਰਸੀਜ਼ ਕਾਂਗਰਸ ਦੀ ਤਰਫੋਂ ਜਦ ਤੁਸੀਂ ਪੰਜਾਬ ਨੂੰ ਰੀਪ੍ਰਜੈਂਟ ਕਰਦੇ ਹੋ ਤਾਂ ਹਮੇਸ਼ਾ ਉਹਨਾਂ ਦਾ ਸਾਥ ਦਿੱਤਾ ਜਾਂਦਾ। ਬਟ ਹੁਣ ਜਦ
ਤਰਾਸਦੀ ਆਈ ਹੈ ਪੰਜਾਬ ਦੇ ਵਿੱਚ ਜਾਂ ਤਰਾਸਦੀ ਕੈਪਟਨ ਸਾਹਿਬ ਦੇ ਉੱਤੇ ਆਈ ਹੈ ਕਿ ਕੈਪਟਨ ਸਾਹਿਬ ਮਿਲਦੇ ਹੀ ਨਹੀਂ, ਤਾਂ ਹੁਣ ਤੁਸੀਂ ਇਹਨਾਂ ਬਿਆਨਾਂ ਤੋਂ ਬਚ ਰਹੇ ਹੋ? ਜਸਵੀਰ ਸਿੰਘ ਜੀ, ਜਸਵੀਰ ਸਿੰਘ ਜੀ ਤੁਹਾਡੇ ਤੋਂ ਜਵਾਬ ਜਾਣਨਾ ਚਾਹਾਂਗਾ। ਦੇਖੋ ਜੀ, ਸਭ ਤੋਂ ਵੱਡੀ ਗੱਲ ਆ ਕਿ ਕੈਪਟਨ ਸਾਹਿਬ ਤਾਂ ਮਿਲਦੇ ਨਹੀਂ, ਚਲੋ ਉਹ ਤਾਂ ਗੱਲ ਤੇ ਪੱਕੀ ਮੋਹਰ ਲੱਗ ਚੁੱਕੀ ਹੈ। ਇਹਨਾਂ ਦੇ MLA ਸਾਹਿਬ ਲਾ ਚੁੱਕੇ ਆ, ਇਹਨਾਂ ਦੇ ਆਪਣੇ ਬਾਜਵਾ ਸਾਹਿਬ ਲਾ ਚੁੱਕੇ ਜਿਹੜੇ ਸਾਬਕਾ ਸਟੇਟ ਦੇ ਪ੍ਰੈਜ਼ੀਡੈਂਟ ਆ ਤੇ ਰਾਜ ਸਭਾ ਮੈਂਬਰ ਆ। ਈਵਨ ਇਹਨਾਂ ਦੇ ਜਿਹੜੇ ਮੌਜੂਦਾ ਪ੍ਰੈਜ਼ੀਡੈਂਟ ਆ ਜਾਖੜ ਸਾਹਿਬ, ਉਹ ਵੀ ਕਹਿ ਚੁੱਕੇ ਆ ਕਿ ਸਾਡੇ MLAs ਵਿੱਚ ਨਾਰਾਜ਼ਗੀ ਆ। ਦੇਖੋ ਸਭ ਤੋਂ ਵੱਡੀ ਗੱਲ ਆ ਕਿ ਮਿਸਮੈਨੇਜਮੈਂਟ, ਹੁਣ ਤੁਸੀਂ ਦੇਖੋ ਕਿ GST ਆਉਣ ਤੋਂ ਬਾਅਦ ਹਰ ਸਟੇਟ ਦੀ ਇਨਕਮ ਵਧੀ ਆ, ਈਵਨ ਗਵਰਨਮੈਂਟ ਆਫ ਇੰਡੀਆ ਦੀ ਇਨਕਮ ਵਧੀ ਆ। ਉਹਦੇ ਨਾਲ ਟੈਕਸ, ਜਿਹੜੀ ਟੈਕਸ ਇਹਨਾਂ ਨੇ ਬਿਜਲੀ ਦੇ ਉੱਤੇ ਰੇਟ ਥੜਾ ਥੜ ਵਧਾ ਕੇ ਆਪਣੀ ਇਨਕਮ ਵਧਾਈ ਆ, ਪਰ ਉਹ ਪੈਸਾ ਜਾ ਕਿੱਥੇ ਰਿਹਾ ਆ ਜੇ ਪੰਜਾਬ ਦੇ ਖਜ਼ਾਨੇ 'ਚ ਨਹੀਂ ਆ ਰਿਹਾ? ਇਹ ਵੀ ਇੱਕ ਸਵਾਲ ਕਾਂਗਰਸ ਤੋਂ ਵਾਜਬ ਬਣਦਾ ਕਿ ਉਹ ਪੈਸਾ ਜਾ ਕਿੱਥੇ ਰਿਹਾ। ਪਿਛਲੇ 10 ਸਾਲ ਜਦੋਂ ਸ਼੍ਰੋਮਣੀ ਅਕਾਲੀ ਦਲ BJP ਦੀ ਸਰਕਾਰ ਰਹੀ ਆ, ਕਿਸੇ ਨੇ ਇਹ ਸਵਾਲ ਨਹੀਂ ਚੁੱਕਿਆ ਕਿ ਕਿਸੇ ਨੂੰ ਕੋਈ ਫੰਡ ਨਹੀਂ ਮਿਲ ਰਿਹਾ। ਈਵਨ ਆਪਣੇ ਸੰਘਾ ਦਰਸ਼ਨ ਦੇ ਵਿੱਚ ਬਾਦਲ ਸਾਹਿਬ ਨੇ ਗੱਫੇ ਦੇ ਗੱਫੇ ਵੰਡੇ ਜਿਹਨਾਂ ਨਾਲ ਪਿੰਡਾਂ ਦਾ ਵਿਕਾਸ ਹੋਇਆ, ਪਰ ਉਹੀ ਟੈਕਸ, ਈਵਨ ਕਿ ਟੈਕਸ ਵਧੇ ਆ, ਈਵਨ ਬਿਜਲੀ ਦੇ ਰੇਟ ਵਧਾ ਕੇ ਇਹਨਾਂ ਨੇ ਹਰ ਚੀਜ਼ ਤੇ ਟੈਕਸ ਵਧਾਇਆ, ਪਰ ਅੱਜ ਉਹ ਪੈਸਾ ਕਿੱਥੇ ਜਾ ਰਿਹਾ? ਚਲੋ ਜਸਵੀਰ ਸਿੰਘ ਜੀ, ਮੈਂ ਉਹਦੇ ਉੱਤੇ ਨਹੀਂ ਆਉਣਾ ਚਾਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਕੀ ਵੰਡਿਆ, ਉਹ ਉਹਨਾਂ ਦੇ ਉੱਤੇ ਅਸੀਂ ਟਿੱਪਣੀ ਨਹੀਂ ਕਰਨਾ ਚਾਹੁੰਦੇ, ਕਿਉਂਕਿ ਉਹ ਅਸੀਂ ਪੂਰੇ ਯੂਨਾਈਟਿਡ ਸਟੇਟਸ ਦੇ ਵਿੱਚ ਵਸਦੇ ਪੰਜਾਬੀਆਂ ਨੂੰ ਅਸੀਂ ਆਲਰੇਡੀ ਦੱਸ ਚੁੱਕੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਨੇ ਵੀ ਕੰਮ ਕੀ ਕੀਤਾ 10 ਸਾਲ ਦੇ ਵਿੱਚ, ਅਸੀਂ ਵੀ ਉਹ ਸਾਹਮਣੇ ਲੈ ਕੇ ਆ ਚੁੱਕੇ ਹਾਂ ਬਿਲਕੁਲ। ਲੇਕਿਨ ਮੈਂ ਅੱਜ ਇਹ ਜ਼ਰੂਰ ਤੁਹਾਡੇ ਤੋਂ ਤੱਥ ਰੱਖਣਾ ਚਾਹੁੰਦਾ ਕਿ 10 ਸਾਲ ਤੁਹਾਨੂੰ ਵੀ ਮੌਕਾ ਦਿੱਤਾ ਗਿਆ ਸੀਗਾ ਔਰ ਲੋਕਾਂ ਨੂੰ ਤੁਹਾਡੇ ਉੱਤੇ ਵੀ ਬਹੁਤ ਵਿਸ਼ਵਾਸ ਸੀਗਾ, ਜੇਕਰ ਤੁਹਾਡੇ ਉੱਤੇ ਵੀ ਇੰਨਾ ਵਿਸ਼ਵਾਸ ਹੁੰਦਾ ਤਾਂ ਤੁਹਾਨੂੰ ਮੁੜ ਤੋਂ ਉਹ ਲੈ ਕੇ ਆਉਂਦੇ ਸਰਕਾਰ ਦੇ ਵਿੱਚ, ਤਾਂ ਤੁਸੀਂ ਤਾਂ ਇੰਨੀ, ਤੁਸੀਂ ਤਾਂ ਲੀਡਰ ਆਫ ਓਪੋਜੀਸ਼ਨ ਹੀ ਨਹੀਂ ਬਣਾ ਸਕੇ, ਓਪੋਜੀਸ਼ਨ ਦੇ ਵਿੱਚ ਵੀ ਨਹੀਂ ਆ ਸਕੇ, ਕਰਾਰੀ ਹਾਰ ਦਾ ਸਾਹਮਣਾ ਤੁਹਾਨੂੰ ਵੀ ਕਰਨਾ ਪਿਆ ਸੀਗਾ, ਅਤੇ ਅਸੀਂ ਉਸ ਗੱਲ ਦੇ ਉੱਤੇ ਹਾਲ ਫਿਲਹਾਲ ਦੇ ਵਿੱਚ ਨਹੀਂ ਆਵਾਂਗੇ। ਮੈਂ ਸਤੀਸ਼ ਜੀ ਤੋਂ ਵਾਪਸ ਜਾਣਾ ਚਾਹੁੰਦਾ। ਸਤੀਸ਼ ਜੀ, ਜੋ ਗੱਲ ਜਸਵੀਰ ਜੀ ਹੋਰਾਂ ਨੇ ਕਹੀ, ਉਸ ਦੇ ਉੱਤੇ ਤੁਸੀਂ ਆਪਣੀ ਕੀ ਟਿੱਪਣੀ ਕਰਨਾ ਚਾਹੋਗੇ? ਦੇਖੋ ਜੀ, ਇਹ ਗੱਲ ਕਰ ਰਹੇ ਸੀ ਭਾਈ ਸਾਹਿਬ ਹੋਣੀ ਵੀ ਬਾਦਲ ਸਰਕਾਰ ਨੇ ਬਹੁਤ ਕੁਛ ਵੰਡਿਆ, ਐਸੀ ਗੱਲ ਦੀ ਮੈਂ ਉਹ ਡਿਟੇਲ 'ਚ ਨਹੀਂ ਜਾਣਾ ਚਾਹੁੰਦਾ। ਹਰ ਸਰਕਾਰ ਆਪਣੇ ਕੰਮ ਕਰਦੀਆਂ ਨੇ ਤੇ ਉਹਨਾਂ ਨੇ ਆਪਣੇ ਹਿਸਾਬ ਨਾਲ ਸੈਂਟਰ ਨਾਲ ਤਾਲਮੇਲ ਬਣਾ ਕੇ ਕੰਮ ਕਰਨਾ ਹੁੰਦਾ ਹੈ, ਤੇ ਮੇਰੇ ਹਿਸਾਬ ਨਾਲ ਬਹੁਤ ਵਧੀਆ ਕੈਪਟਨ ਸਾਹਿਬ ਸਾਡੀ ਕਾਂਗਰਸ ਦੀ ਸਰਕਾਰ ਪੰਜਾਬ ਦੇ ਵਿੱਚ ਬਹੁਤ ਵਧੀਆ ਕੰਮ ਕਰ ਰਹੀ ਆ। ਆਪਸੀ ਮਤਭੇਦ ਜ਼ਰੂਰ ਹਨ ਜਿਹੜੇ ਕਿ ਟਾਈਮ ਦੇ ਨਾਲ ਮੈਂ ਆਸ ਕਰਦਾ ਕਿ ਇਹ ਖਤਮ ਹੋ ਜਾਣਗੇ ਤੇ ਬਹੁਤ ਵਧੀਆ ਕੰਮ ਕਾਂਗਰਸ ਕਰੇਗੀ। ਜਸਵੀਰ ਸਿੰਘ ਜੀ, ਬਹੁਤ ਵਧੀਆ ਕਾਂਗਰਸ ਕੰਮ ਕਰੇਗੀ, ਸ਼੍ਰੋਮਣੀ ਅਕਾਲੀ ਦਲ ਨੇ ਜਿਵੇਂ ਕੰਮ ਕੀਤਾ ਉਸ ਤੋਂ ਵੀ ਵਧੀਆ ਕੰਮ ਕਰੇਗੀ ਕਾਂਗਰਸ। ਬਹੁਤ ਬਹੁਤ ਧੰਨਵਾਦ ਹੈ ਕਿ ਵੱਡੇ ਵੀਰ ਹੋਣਾ ਨੇ ਇਹ ਮੰਨ ਲਿਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਕੰਮ ਕੀਤਾ ਆ, ਪਰ ਮੈਂ ਇਹਨਾਂ ਤੋਂ ਸਵਾਲ ਪੁੱਛਣਾ ਚਾਹੁੰਦਾ ਕਿ ਸੈਂਟਰ ਨਾਲ ਤਾਲਮੇਲ ਬਣਾਉਣ ਵਾਸਤੇ ਤੁਹਾਨੂੰ ਪ੍ਰਧਾਨ ਮੰਤਰੀ ਸਾਹਿਬ ਨਾਲ ਮੁਲਾਕਾਤ ਕਰਨੀ ਪੈਂਦੀ ਆ, ਸੈਂਟਰਲ ਦੇ ਜਿਹੜੇ ਫਾਈਨੈਂਸ ਮਿਨਿਸਟਰ ਆ ਉਹਨਾਂ ਨਾਲ ਮੁਲਾਕਾਤ ਕਰਨੀ ਪੈਂਦੀ ਆ, ਹੋਮ ਮਿਨਿਸਟਰੀ ਨਾਲ ਮੁਲਾਕਾਤ ਕਰਨੀ ਪੈਂਦੀ, ਕੈਪਟਨ ਸਾਹਿਬ ਨੇ ਕਿੰਨੀ ਕੁ ਵਾਰ ਜਾ ਕੇ ਮੋਦੀ ਸਾਹਿਬ ਨੂੰ ਮਿਲੇ ਆ ਜਾਂ ਅਮਿਤ ਸ਼ਾਹ ਉਹਨਾਂ ਨੂੰ ਮਿਲੇ ਆ ਜਾਂ ਰਾਜਨਾਥ ਸਾਹਿਬ ਉਹਨਾਂ ਨੂੰ ਮਿਲੇ ਆ, ਜਿਹੜਾ ਜੇ ਉਹ ਸਟੇਟ ਦੇ ਹਿੱਤ ਚ ਮੇਰੇ ਖਿਆਲ ਨਾਲ ਯੂਰਪ ਨਾਲੋਂ ਤਾਂ ਲੱਗੇ ਪੈਂਦੀ ਹੋਣੀ ਆ ਦਿੱਲੀ। ਜਸਵੀਰ ਜੀ, ਕਿਹੜੀ ਗੱਲਾਂ ਕਰ ਰਹੇ ਹੋ ਤੁਸੀਂ? ਉਹ ਆਪਣੇ MLA ਨੂੰ ਨਹੀਂ ਮਿਲਦੇ, ਉਹ ਆਪਣੇ ਮੰਤਰੀਆਂ ਨੂੰ ਨਹੀਂ ਮਿਲਦੇ, ਕੈਪਟਨ ਸਾਹਿਬ ਦੇ ਕੋਲ ਟਾਈਮ ਹੀ ਨਹੀਂ ਹੈ। ਹਾਂਜੀ, ਚਲੋ ਸਟੇਟ ਚਲਾਈ ਸੁਰੇਸ਼ ਕੁਮਾਰ ਜੀ ਨੇ, ਇੱਕ ਬੈਲੈਂਸ ਪ੍ਰਿੰਸੀਪਲ ਸੈਕਟਰੀ ਨੇ ਜਿਹੜੇ ਰਿਟਾਇਰਡ 1983 ਬੈਚ ਦੇ ਮੰਤਰੀ ਸਾਹਿਬ ਤੌਰ ਤੇ ਕਹਿੰਦੇ ਨੇ ਕਿ ਸਟੇਟ ਤਾਂ ਸੁਰੇਸ਼ ਕੁਮਾਰ ਜੀ ਚਲਾ ਰਹੇ ਨੇ, ਕੈਪਟਨ ਅਮਰਿੰਦਰ ਸਿੰਘ ਵੀ ਚਲਾ ਰਹੇ। ਮੈਂ ਇਹਨਾਂ ਦੇ MLA ਸਵਾਸ ਨਾਲ ਵੀ ਸਹਿਮਤ ਨਹੀਂ। ਦੇਖੋ ਉਹਨਾਂ ਨੂੰ ਵੀ ਆਪਣੀ ਮਤਲਬ, ਉਹਨਾਂ ਨੂੰ ਵੀ ਲੋਕਾਂ ਨਾਲ ਕੋਈ ਮਤਲਬ ਨਹੀਂ, ਕਾਂਗਰਸ ਦੇ MLAs ਨੂੰ ਵੀ, ਜਿਹਨੂੰ ਕੁਛ ਮਿਲੀ ਜਾਂਦਾ ਆ ਉਹ ਖੁਸ਼ ਆ, ਜਿਹਨੂੰ ਨਹੀਂ ਮਿਲ ਰਿਹਾ ਜਿਹਦਾ ਪੂਰਾ ਘਰ ਨਹੀਂ ਹੋ ਰਿਹਾ ਆਪਣਾ ਉਹ ਰੋਈ ਜਾਂਦਾ ਆ ਕਿ ਮੇਰਾ ਕੁਛ ਬਣਦਾ ਨਹੀਂ। ਠੀਕ ਆ ਜੀ, ਤੇ ਮੈਨੂੰ ਮੈਂ ਇਹਨਾਂ ਨਾਲ ਵੀ ਸਹਿਮਤ ਨਹੀਂ ਹੈਗਾ। ਵੈਸੇ ਸਤੀਸ਼ ਜੀ, ਮੰਦਭਾਗੀ ਗੱਲ ਹੈ, ਬਹੁਤ ਜ਼ਿਆਦਾ ਮੰਦਭਾਗੀ ਗੱਲ ਹੈ ਕਿ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ, ਲੋਕਾਂ ਦਾ ਚੁਣਿਆ ਹੋਇਆ CM ਲੋਕਾਂ ਨੂੰ ਹੀ ਨਹੀਂ ਮਿਲਦਾ, ਲੋਕਾਂ ਤੋਂ, ਲੋਕਾਂ ਨੂੰ ਛੱਡੋ ਆਪਣੇ ਮੰਤਰੀਆਂ ਨੂੰ ਹੀ ਨਹੀਂ ਮਿਲਦਾ। ਦੇਖੋ ਜੀ, ਮੈਂ ਤੁਹਾਨੂੰ ਗੱਲ ਦੱਸਦਾ, ਇਹ ਗੱਲ ਸੁਖਬੀਰ ਸਿੰਘ ਬਾਦਲ ਹੋਣਾ ਦੇ ਟਾਈਮ ਦੇ ਵਿੱਚ ਵੀ ਸੀ, ਉਹਨਾਂ ਦੇ ਵੱਲੋਂ ਵੀ ਬਹੁਤ ਨਾਰਾਜ਼ਗੀਆਂ ਨੇ। ਜੇ ਤੁਸੀਂ ਹੰਸ ਉਹਨਾਂ ਨੂੰ ਦੇਖੋ ਕਿਵੇਂ ਰੋ ਕੇ ਉਹਨਾਂ ਨੇ ਕਿਹਾ ਸੀ। ਸਤੀਸ਼ ਜੀ, ਹੁਣ ਅਸੀਂ ਐਲੀਗੇਸ਼ਨ ਨਾ ਲਾਈਏ, ਅਸੀਂ ਇਹ ਕਹੀਏ ਕਿ ਮਹਾਰਾਜਾ ਸਾਹਿਬ ਨੂੰ, ਪਾਰਟੀ ਦੇ ਵਿੱਚ ਚੱਲਦੀਆਂ ਨੇ, ਮਹਾਰਾਜਾ ਸਾਹਿਬ ਨੂੰ ਇੱਕ ਸੱਦਾ ਪੱਧਰ ਭੇਜੋ, ਇੱਕ ਉਹਨਾਂ ਨੂੰ ਮੈਮੋਰੈਂਡਮ ਭੇਜੋ ਇੱਥੋਂ ਦੇ ਕਿ NRI ਤੁਹਾਡੇ ਤੋਂ ਨਾਰਾਜ਼ ਚੱਲ ਰਹੇ ਹਨ, ਇਹ ਮੁੱਦਾ ਬਹੁਤ ਜ਼ਿਆਦਾ ਗਰਮਾ ਰਿਹਾ ਹੈ, ਮਹਾਰਾਜਾ ਸਾਹਿਬ ਆਪਣੇ ਮੋਤੀ ਮਹਿਲ ਤੋਂ ਬਾਹਰ ਨਿਕਲੋ, ਲੋਕਾਂ ਨੂੰ ਜਾ ਕੇ ਮਿਲੋ, ਆਪਣੇ ਮੰਤਰੀਆਂ ਨੂੰ ਮਿਲੋ, ਫੰਡ ਮੁਹੱਈਆ ਕਰਾਓ, ਰੈਵਨਿਊ ਜਨਰੇਟ ਕਰੋ, ਜਿਹੜੇ ਵਾਅਦੇ ਤੁਸੀਂ ਕੀਤੇ ਸੀ ਉਹ ਪੂਰੇ ਕਰੋ, ਅਸੀਂ ਸ਼ਕਲ ਦਿਖਾਣੀ ਹੈ ਸੱਤ ਸਮੁੰਦਰ ਪਾਰ। ਕਿਵੇਂ ਜਾਓਗੇ ਲੋਕਾਂ ਦੇ ਵਿੱਚ ਤੁਸੀਂ ਆਪਣੀ ਇਸ ਸ਼ਕਲ ਨੂੰ ਲੈ ਕੇ, ਉਹਨਾਂ ਵਾਅਦਿਆਂ ਨੂੰ ਲੈ ਕੇ, ਉਹਨਾਂ ਮੈਨੀਫੈਸਟੋਸ ਨੂੰ ਲੈ ਕੇ? ਹਾਂ, ਰਾਈਟ।
ਸਾਡੇ ਮੰਚ ਦਾ ਇਹੀ ਮਕਸਦ ਹੈ ਕਿ ਅਸੀਂ ਗੱਲ ਤਾਂ ਰੱਖ ਦਿੱਤੀ ਹੈ, ਲੇਕਿਨ ਹੁਣ ਉਹਨੂੰ ਨੌਕ ਨੌਕ ਕਰਕੇ ਮਹਾਰਾਜਾ ਸਾਹਿਬ ਤੱਕ ਕਿਵੇਂ ਪਹੁੰਚਾਇਆ ਜਾਏ ਉਹ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ। ਆਈ ਐਗਰੀ ਸਰ। ਠੀਕ ਹੈ ਜੀ, ਮਿਹਰਬਾਨੀ ਤੁਹਾਡੀ। ਜਸਵੀਰ ਸਿੰਘ ਟੁੱਡ ਜੀ, ਤੁਹਾਡੀ ਵੀ ਬਹੁਤ ਮਿਹਰਬਾਨੀ। ਤੇ ਮੈਂ ਆਪਣੇ ਹੁਣ ਦਰਸ਼ਕਾਂ ਨੂੰ ਦਰਖਾਸਤ ਕਰਨਾ ਚਾਹਾਂਗਾ ਕਿ ਮੈਂ ਆਪਣੇ ਫੋਨ ਲਾਈਨ ਖੋਲ ਰਿਹਾ, ਤੁਸੀਂ ਮੈਨੂੰ ਕਾਲ ਕਰਕੇ ਆਪਣੇ ਜਿਹੜੇ ਪ੍ਰਤੀਕਰਮ ਹਨ ਉਹ ਦੇ ਸਕਦੇ ਹੋ, ਔਰ ਜੋ ਵੀ ਵਿਚਾਰ ਤੁਸੀਂ ਇਸ ਮੰਚ ਦੇ ਉੱਤੇ ਰੱਖਣਾ ਚਾਹੁੰਦੇ ਹੋ ਤੁਸੀਂ ਰੱਖ ਸਕਦੇ ਹੋ। ਅਸੀਂ ਤੁਹਾਨੂੰ ਜ਼ਰੂਰ ਮਿਲਾਂਗੇ ਕਿਉਂਕਿ ਮਹਾਰਾਜਾ ਸਾਹਿਬ ਤਾਂ ਲੱਭਦੇ ਹੀ ਨਹੀਂ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਕੈਪਟਨ ਸਾਹਿਬ ਤਾਂ ਮਿਲਦੇ ਹੀ ਨਹੀਂ, ਇਹ ਅਸੀਂ ਨਹੀਂ ਬਲਕਿ ਉਹਨਾਂ ਦੇ ਮੰਤਰੀ ਉਹਨਾਂ ਨੂੰ ਕਹਿ ਰਹੇ ਹਨ ਕਿ ਮਹਾਰਾਜਾ ਸਾਹਿਬ ਸਾਡਾ ਫੋਨ ਤਾਂ ਚੱਕ ਲਿਆ ਕਰੋ, ਫੋਨ ਛੱਡੋ, ਸਾਨੂੰ ਮਿਲ ਹੀ ਲਿਆ ਕਰੋ, ਚਲੋ ਮਿਲਣਾ ਵੀ ਨਹੀਂ, ਸਾਨੂੰ ਫੰਡ ਹੀ ਮੁਹੱਈਆ ਕਰਾ ਦਿਆ ਕਰੋ, ਚਲੋ ਫੰਡ ਵੀ ਮੁਹੱਈਆ ਨਾ ਕਰਾਓ, ਘੱਟੋ ਘੱਟ ਇਹੀ ਕਹਿ ਦਿਆ ਕਰੋ ਕਿ ਹਾਂ ਤੁਹਾਡੇ ਜਿਹੜੇ ਹਲਕੇ ਨੂੰ ਅਸੀਂ ਇੰਨਾ ਫੰਡ ਦਿੱਤਾ, ਕੁਝ ਤਾਂ ਕਰੋ ਮਹਾਰਾਜਾ ਸਾਹਿਬ। ਇਹ ਆਵਾਜ਼ ਜਿਹੜੀ ਹੈ ਬਹੁਤ ਮੰਦਭਾਗੀ ਹੈਗੀ ਹੈ, ਔਰ ਬਹੁਤ ਸਾਨੂੰ ਮਹਿਸੂਸ ਹੁੰਦਾ ਕਿ ਜਿਸ ਮੁਲਕ ਦੇ ਵਿੱਚ ਅਸੀਂ ਵਸਦੇ ਹਾਂ, ਜਦੋਂ ਅਸੀਂ ਇੱਥੇ ਦੇ ਪੋਲੀਟੀਸ਼ੀਅਨਸ ਨੂੰ ਵੇਖਦੇ ਹਾਂ ਉਹ ਕਿਸ ਤਰੀਕੇ ਨਾਲ ਲੋਕਾਂ ਦੇ ਵਿੱਚ ਜਾਉਣ ਦੇ ਲਈ ਰਾਬਤਾ ਕਾਇਮ ਕਰਦੇ ਹਨ, ਸਵੇਰੇ ਸ਼ਾਮ ਤੱਕ ਉਹ ਨੈਟਵਰਕਿੰਗ ਕਰਨ ਦੇ ਲਈ, ਲੋਕਾਂ ਦੇ ਵਿੱਚ ਆਪਣੀ ਗੱਲ ਰੱਖਣ ਦੇ ਲਈ ਉਹ ਹਮੇਸ਼ਾ ਤਿਆਰ ਬਰ ਤਿਆਰ ਰਹਿੰਦੇ ਹਨ। ਲੇਕਿਨ ਸਾਡੇ ਮੰਤਰੀਆਂ ਨੂੰ ਕੀ, ਭਾਵੇਂ ਅਸੀਂ ਅੱਜ ਕਰ ਲਈਏ, ਭਾਵੇਂ ਅਸੀਂ ਅੱਜ ਸੋਚ ਵੀ ਲਈਏ ਕਿ ਪੰਜਾਬ ਨੂੰ ਅਸੀਂ ਪ੍ਰੋਗਰੈਸਿਵ ਬਣਾਉਣਾ ਹੈ, ਪੰਜਾਬ ਦੇ ਵਿੱਚ ਬੱਚਿਆਂ ਨੂੰ ਅੱਗੇ ਲੈ ਕੇ ਆਉਣਾ ਹੈ, ਲੇਕਿਨ ਜਦ ਸਾਡੇ ਉੱਥੇ ਦੇ ਪੋਲੀਟੀਸ਼ੀਅਨ ਹੀ ਨਹੀਂ ਚਾਹੁੰਦੇ, ਉਹ ਚਾਹੁੰਦੇ ਹੀ ਨਹੀਂ ਹਨ ਕਿ ਸਾਡੇ ਜਿਹੜੇ ਬੱਚੇ ਹਨ ਉਹ ਪੜ੍ਹਨ, ਉਹ ਚਾਹੁੰਦੇ ਹੀ ਨਹੀਂ ਹਨ ਕਿ ਸਾਡੇ ਬੱਚੇ ਜਿਹੜੇ ਨੇ ਉਹ ਨਸ਼ਿਆਂ ਤੋਂ ਦੂਰ ਰਹਿਣ, ਉਹ ਚਾਹੁੰਦੇ ਹੀ ਨਹੀਂ ਹਨ ਕਿ ਕਿਸਾਨ ਜਿਹੜੇ ਨੇ ਉਹਨਾਂ ਦੇ ਵੀ ਮਨ ਦੇ ਵਿੱਚ ਖੁਸ਼ੀ ਆਵੇ। ਲੇਕਿਨ ਜਦ ਇਹ ਸੁਰਖੀਆਂ, ਇਹ ਖਬਰਾਂ ਜਦ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੁੰਦੀਆਂ ਹਨ ਤਾਂ ਸਾਡੇ ਮਨ ਨੂੰ ਬਹੁਤ ਠੇਸ ਪਹੁੰਚਦੀ ਹੈ, ਔਰ ਮੈਨੂੰ ਪਤਾ ਹੈ ਸਾਡੇ ਮਨ ਨੂੰ ਹੀ ਨਹੀਂ ਸਗੋਂ ਤੁਹਾਡੇ ਮਨ ਨੂੰ ਵੀ ਠੇਸ ਪਹੁੰਚਦੀਆਂ ਹੈ। ਲੇਕਿਨ ਮੈਂ ਇਸ ਮੰਚ ਦੇ ਉੱਤੇ ਜ਼ਰੂਰ ਰੱਖਣਾ ਚਾਹੁੰਦਾ ਸੀਗਾ ਉਸ ਪੋਲੀਟੀਸ਼ੀਅਨ ਨੂੰ, ਮੈਂ ਲੈ ਕੇ ਵੀ ਆਇਆ ਜੋ ਕਿ ਕੈਪਟਨ ਅਮਰਿੰਦਰ ਸਿੰਘ ਦੀ ਓਵਰਸੀਜ਼ ਦੇ ਵਿੱਚ ਅਗਵਾਈ ਕਰਦੇ ਹਨ, ਤਾਂ ਉਹਨਾਂ ਨੂੰ ਦੱਸਣਾ ਜ਼ਰੂਰੀ ਸੀਗਾ ਕਿ ਕੈਪਟਨ ਸਾਹਿਬ ਤੁਸੀਂ ਜਾ ਕੇ ਆਪਣੇ ਮੰਤਰੀਆਂ ਨੂੰ ਮਿਲੋ, ਜੋ ਹਲਕਿਆਂ ਦੇ ਵਿੱਚ ਫੰਡ ਚਾਹੀਦਾ ਫੰਡ ਉਪਲਬਧ ਕਰਾਓ, 3 ਸਾਲ ਤੁਹਾਡੀ ਸਰਕਾਰ ਨੂੰ ਪੂਰੇ ਹੋਣ ਜਾ ਰਹੇ ਹਨ, ਤਾਂ ਉਸ ਤੋਂ ਬਾਅਦ ਜਦ ਤੁਹਾਡੇ ਤੋਂ ਜਵਾਬ ਮੰਗਿਆ ਜਾਏਗਾ ਕੁਝ ਤਾਂ ਤੁਹਾਡੇ ਕੋਲ ਹੋਵੇ। ਲੇਕਿਨ ਇਮਾਨਦਾਰ ਲੀਡਰਾਂ ਦੀ ਹਮੇਸ਼ਾ ਗੱਲ ਜਿਹੜੀ ਹੈ ਉਹ ਲੋਕਾਂ ਨੂੰ ਮਾੜੀ ਲੱਗਦੀ ਹੈ। ਜਦ ਨਵਜੋਤ ਸਿੰਘ ਸਿੱਧੂ ਇਸ ਗੱਲ ਨੂੰ ਕਹਿੰਦੇ ਸਨ ਕਿ ਕੈਪਟਨ ਅਮਰਿੰਦਰ ਸਿੰਘ ਗੱਲ ਹੀ ਨਹੀਂ ਕਰਦੇ, ਸੰਵਾਦ ਹੀ ਨਹੀਂ ਕਰਦੇ, ਤਾਂ ਫਿਰ ਗੱਲ ਕਿਵੇਂ ਅੱਗੇ ਤੁਰੂ, ਔਰ ਕਿਵੇਂ ਪੰਜਾਬ ਦਾ ਜਿਹੜਾ ਵਿਕਾਸ ਹੈ ਉਹ ਹੋ ਸਕਦਾ। ਜਦ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਘੁੰਮਦੇ ਜਿਹੜੇ ਉਹਨਾਂ ਦੇ ਮੰਤਰੀ ਹਨ, ਉਹਨਾਂ ਵਿੱਚ ਸਾਧੂ ਸਿੰਘ ਧਰਮਸੋਤ, ਸੁਨੀਲ ਜਾਖੜ, ਉਹਨਾਂ ਦੇ ਵਿੱਚ ਤ੍ਰਿਪਤ ਰਾਜਿੰਦਰ ਬਾਜਵਾ, ਉਹਨਾਂ ਦੇ ਵਿੱਚ ਕਈ ਹੋਰ ਅਹਿਮ ਜਿਹੜੇ ਉਹਨਾਂ ਦੇ ਨਾਲ ਘੁੰਮਦੇ ਹੋਏ ਲੀਡਰਸ ਹਨ, ਉਹ ਬਸ ਆਪਣੇ ਹੀ ਹਲਕੇ ਦਾ ਵਿਕਾਸ ਕਰਨ ਦੇ ਵਿੱਚ ਵਚਨਬੱਧ ਹੋ ਰਹੇ ਹਨ। ਲੇਕਿਨ ਉਹਨਾਂ 40-50 ਹਲਕਿਆਂ ਦੇ MLA ਦਾ ਕੀ, ਜੋ ਕਿ ਲੋਕਾਂ ਨੂੰ ਵਾਅਦੇ ਕਰਕੇ ਆ ਚੁੱਕੇ ਹਨ, ਜੋ ਕਿ ਲੋਕਾਂ ਨੂੰ ਦੱਸ ਕੇ ਆ ਚੁੱਕੇ ਹਨ ਕਿ ਜਦ ਅਸੀਂ ਸਰਕਾਰ ਦੇ ਵਿੱਚ ਆਵਾਂਗੇ ਅਸੀਂ ਤੁਹਾਡੇ ਪਿੰਡ ਨੂੰ ਆ ਕੁਝ ਦੇਵਾਂਗੇ। ਲੇਕਿਨ ਅੱਜ ਕੈਪਟਨ ਸਾਹਿਬ ਹੀ ਨਹੀਂ ਉਹਨਾਂ ਨੂੰ ਮਿਲ ਰਹੇ, ਬਹੁਤ ਵੱਡੀ ਗੱਲ ਹੈ। ਇਸ ਦੇ ਉੱਤੇ ਮੈਂ ਤੁਹਾਡੀ ਟਿੱਪਣੀ ਵੀ ਜਾਣਨਾ ਚਾਹਾਂਗਾ। ਇਸ ਹੇਠ ਲਿਖੇ ਨੰਬਰ ਦੇ ਉੱਤੇ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ, ਜਾਂ ਫਿਰ ਤੁਸੀਂ ਮੈਨੂੰ ਈਮੇਲ ਵੀ ਕਰ ਸਕਦੇ ਹੋ, harkeerat@justbroadcasting.com, info@justbroadcasting.com ਦੇ ਉੱਤੇ ਲੈਂਦੇ ਅਸੀਂ ਆਪਣੀ ਕਾਲਰਸ ਦੀ ਕਾਲ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਹਾਂਜੀ ਪ੍ਰੇਮਪੁਰਾ ਸਾਹਿਬ ਕੀ ਹਾਲ ਹੈ, ਠੀਕ ਹੋ? ਬਹੁਤ ਵਧੀਆ, ਬਹੁਤ ਵਧੀਆ ਸਰ ਜੀ। ਪ੍ਰੇਮਪੁਰਾ ਸਾਹਿਬ ਕੀ ਟਿੱਪਣੀ ਕਰਨਾ ਚਾਹੋਗੇ? ਟਿੱਪਣੀ ਜੋ ਤੁਸੀਂ ਲਾਤ ਦੱਸ ਰਹੇ ਹੋ ਨਾ 100% ਸੱਚ ਨੇ। ਇਹ ਖੁਦ ਜਿਹੜਾ ਫਾਈਨੈਂਸ ਮਿਨਿਸਟਰ ਨੇ ਉਹਨੇ ਚਿੱਠੀ ਪਾ ਦਿੱਤੀ ਸਾਡੇ ਜਿਹੜਾ ਪਈਆ ਜਾਮ ਹੋਣ ਨਾਲ ਹੈ ਪੰਜਾਬ ਦਾ, ਹਾਂਜੀ ਫੰਡ ਦੀ ਵਜ੍ਹਾ ਨਾਲ। ਹਾਂਜੀ ਕੈਪਟਨ ਸਾਹਿਬ ਆਪਣਾ ਵਾਅਦਾ ਨਿਭਾ ਰਹੇ ਨੇ ਬਾਦਲ ਨਾਲ, ਉਹਨਾਂ ਨੇ ਇਹਨਾਂ ਨੂੰ ਰਾਜ ਦਿੱਤਾ। ਮਤਲਬ ਫਿਰ ਫ੍ਰੈਂਡਲੀ ਮੈਚ ਚੱਲ ਰਿਹਾ, ਲਵੀ ਡਵੀ ਚੱਲ ਰਿਹਾ ਜਿਹੜਾ ਸਿੱਧੂ ਸਾਹਿਬ ਨੇ ਗੱਲ ਕਹੀ ਸੀਗੀ।
ਮਿਹਰਬਾਨੀ ਤੁਹਾਡੀ ਮਿਹਰਬਾਨੀ। ਲੱਗਦਾ ਕਿ ਫਿਰ ਜਿਹੜਾ ਫਰੈਂਡਲੀ ਮੈਚ ਹੈ ਉਹਦਾ ਜਿਹੜਾ ਰਿਜ਼ਲਟ ਹੈ ਉਹ ਵੀ ਫਿਰ ਇੱਕ ਪੱਖ ਜ਼ਰੂਰ ਲੈ ਕੇ ਜਾਊਗਾ, ਲੇਕਿਨ ਇਨ ਫਿਊਚਰ ਸਿਆਸਤ ਦੇ ਵਿੱਚ ਕਦੀ ਪਤਾ ਨਹੀਂ ਚੱਲਦਾ ਕਿ ਮੈਚ ਜਿਹੜਾ ਉਹ ਟੈਸਟ ਮੈਚ ਹੋ ਰਿਹਾ, ਵਨ ਡੇ ਹੋ ਰਿਹਾ ਜਾਂ ਫਿਰ 2020 ਹੋ ਰਿਹਾ, ਇਹ ਕਿੰਨੇ ਓਵਰ ਦਾ ਮੈਚ ਹੋ ਰਿਹਾ। ਇਹ ਵੀ ਗੱਲ ਜਿਹੜੀ ਹੈ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਅਗਰ ਮੈਂ ਜ਼ੁਬਾਨੀ ਗੱਲ ਕਰਾਂ ਤਾਂ ਉਹ ਨਹੀਂ ਪਤਾ ਚੱਲਦਾ ਇਹਦੇ ਵਿੱਚ ਨੌਕਆਊਟ ਕੌਣ ਹੋਏਗਾ ਔਰ ਬੋਲਡ ਕੌਣ ਹੋਏਗਾ ਔਰ ਕੌਣ ਆਪਣੀ ਗੇਂਦ ਕਿਸ ਦੇ ਹੱਥ ਫੜਾਊਗਾ। ਇਹ ਹਮੇਸ਼ਾ ਅਸੀਂ ਸਿਆਸਤ ਦੇ ਵਿੱਚ ਵੇਖਦੇ ਹੋਏ ਆਏ ਹਾਂ, ਲੇਕਿਨ ਅੱਜ ਇਸ ਮੰਚ ਦੇ ਉੱਤੇ ਜਦ ਅਸੀਂ ਇਸ ਗੱਲ ਨੂੰ ਜ਼ਰੂਰ ਉਠਾ ਰਹੇ ਹਾਂ ਕਿ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ, ਲੋਕਾਂ ਦਾ ਚੁਣਿਆ ਹੋਇਆ ਮੁੱਖ ਮੰਤਰੀ ਅਗਰ ਮਿਲਦਾ ਹੀ ਨਹੀਂ ਲੋਕਾਂ ਦੇ ਵਿੱਚ ਜਾ ਕੇ ਵਿਸਰਦਾ ਹੀ ਨਹੀਂ ਤਾਂ ਫਿਰ ਕਿਵੇਂ ਉਹ ਪੰਜਾਬ ਸਟੇਟ ਨੂੰ ਬਹਾਲ ਕਰੇਗਾ, ਕਿਵੇਂ ਪੰਜਾਬ ਸਟੇਟ ਪ੍ਰੋਗਰੈਸਿਵ ਹੋਏਗੀ। ਭਾਵੇਂ ਤੁਸੀਂ ਜਿੰਨੇ ਮਰਜ਼ੀ ਪੈਸੇ ਇੱਥੇ ਭੇਜਦੇ ਰਹੋ ਪਿੱਛੇ, ਲੇਕਿਨ ਹਾਲਾਤ ਉਹੀ ਰਹਿਣੇ ਹਨ ਜਦ ਮੰਤਰੀਆਂ ਨੇ ਔਰ ਜਦ ਇਹਨਾਂ ਮੁੱਖ ਮੰਤਰੀਆਂ ਨੇ ਹੀ ਨਹੀਂ ਸੁਧਰਨਾ। ਲਵਾਂਗਾ ਤੁਹਾਡੇ ਵੀ ਵਿਚਾਰ ਇਸ ਬ੍ਰੇਕ ਤੋਂ ਉਸ ਪਾਰ। ਅਤੇ ਬ੍ਰੇਕ ਤੋਂ ਬਾਅਦ ਸਵਾਗਤ ਹੈ ਸਾਡੇ ਸਾਰੇ ਦਰਸ਼ਕਾਂ ਦਾ। ਕਾਫੀ ਸਾਰੇ ਕਾਲਰ ਸਿਸਟਮ ਮੇਰੇ ਨਾਲ ਲਾਈਨ 'ਤੇ ਜੁੜੇ ਹੋਏ ਹਨ, ਉਹਨਾਂ ਦੀ ਕਾਲਸ ਅਸੀਂ ਲੈਂਦੇ ਹਾਂ। ਪ੍ਰਤੀਕ੍ਰਮ ਤੁਸੀਂ ਦੇ ਸਕਦੇ ਹੋ ਇਸ ਮੰਚ ਦੇ ਉੱਤੇ, ਜੇਕਰ ਤੁਸੀਂ ਕਾਲ ਕਰਨਾ ਚਾਹੁੰਦੇ ਹੋ ਤਾਂ ਇਸ ਹੇਠ ਲਿਖੇ ਨੰਬਰ ਦੇ ਉੱਤੇ ਕਾਲ ਕਰਕੇ ਆਪਣੇ ਵਿਚਾਰ ਸਾਡੇ ਨਾਲ ਰੱਖ ਸਕਦੇ ਹੋ। ਕੈਪਟਨ ਸਾਹਿਬ ਤਾਂ ਮਿਲਦੇ ਹੀ ਨਹੀਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਮੈਂ ਮਲਕੀਤ ਸਿੰਘ ਕਿੰਗਰਾ ਬੋਲਦਾ, ਫਰੀਜ਼ਰ ਤੋਂ, ਕੈਲੀਫੋਰਨੀਆ ਤੋਂ। ਹਾਂਜੀ ਮਲਕੀਤ ਸਿੰਘ ਜੀ, ਠੀਕ ਹੋ? ਹਾਂਜੀ ਬਿਲਕੁਲ, ਚੜ੍ਹਦੀ ਕਲਾ ਜੀ। ਤੁਹਾਡਾ ਤਾਂ ਪਹਿਲਾਂ ਤੁਹਾਡਾ ਧੰਨਵਾਦ, ਬੜਾ ਭੱਖ ਦਾ ਮੁੱਦਾ ਰੱਖਿਆ ਲੋਕਾਂ ਦੀਆਂ ਜਿਹੜੀ ਬੁਨਿਆਦੀ ਸਮੱਸਿਆ, ਤੇ ਹੁਣ ਤਾਂ ਇਹਨਾਂ ਦੇ MLA ਮੰਤਰੀਆਂ ਦੀ ਵੀ ਬਣ ਚੁੱਕੀ ਹੈ ਜੀ। ਜੀ 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 ਮਲਕੀਤ ਸਿੰਘ ਜੀ, ਹਾਂਜੀ ਬੇਨਤੀ ਹੈ ਜੀ ਵੀ ਮਹਾਰਾਜੇ ਨੇ, ਕੈਪਟਨ ਅਮਰਿੰਦਰ ਸਿੰਘ ਨੇ ਆਪਦੇ MLA ਤੇ ਲੋਕਾਂ ਤੱਕ ਕੀ ਮਿਲਣਾ, ਮੈਂ ਕਹਿੰਦਾ ਤਾਂ ਅੱਜ ਮਹਾਰਾਣੀ ਨੂੰ ਨੀ ਮਿਲਦਾ ਹੋਣਾ, ਅਨੁਸਾਰਮ ਜਿੱਥੇ ਰੱਖਣ ਤੋਂ ਵਿਹਲੀ ਨੀ, ਇਹਨੂੰ ਫੁਰਸਤ ਹੀ ਹੈ ਨੀ। ਜੀ 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 ਅੱਜ ਪੰਜਾਬ ਦੇ ਵਿੱਚ ਮੈਂ ਹੁਣੇ ਪੰਜਾਬ ਤੋਂ ਆਇਆ ਜੀ, ਜੀ 2 ਮਹੀਨੇ ਹੋਏ ਆ ਜੀ ਜੀ, ਮੈਂ 4-4 ਮਹੀਨੇ ਲਾ ਕੇ ਆਇਆ। ਇੰਨੀ ਭੈੜੀ ਹਾਲਤ ਆ ਜੀ ਉੱਥੇ ਮਜ਼ਦੂਰਾਂ ਦੀ, ਕਿਸਾਨਾਂ ਦੀ, ਮੁਲਾਜ਼ਮਾਂ ਦੀ, ਲੱਚ ਐਜੀਟੇਸ਼ਨਾਂ ਹੁੰਦੀਆਂ, ਕੋਈ ਆਵਾਜ਼ ਹੀ ਨੀ ਸੁਣਦਾ ਜੀ, ਨਗਾਰ ਵਾਲਾ, ਕਰਪਸ਼ਨ ਕਰਪਸ਼ਨ। ਇੱਕ ਮੈਂ ਆਪਦੀ ਬੇਟੀ ਦਾ ਡਰਾਈਵਿੰਗ ਲਾਇਸੈਂਸ ਬਣਾਉਣਾ ਸੀ ਜੀ ਉੱਥੋਂ, ਮੈਂ ਮੋਗੇ ਜਿਹਨਾਂ ਨੂੰ ਬਿਲੋਂਗ ਕਰਦਾ ਜੀ, ਠੀਕ ਹੈ ਜੀ, ਉਹਨੇ ਕੈਨੇਡਾ ਪੜ੍ਹਨ ਆਉਣਾ ਸੀ ਤੇ ਇੰਟਰਨੈਸ਼ਨਲ ਲਾਇਸੈਂਸ ਦੀ ਲੋੜ ਹੁੰਦੀ ਹੈ ਜੀ। ਹਾਂਜੀ, ਉਹ ਸਾਡੇ ਗੇੜੇ ਮਰਾਏ ਇੱਥੋਂ ਤੱਕ ਕਿ ਇਹਨਾਂ ਦੇ ਉੱਥੇ ਬੀਬਾ ਜੀ ਅਸਟੀਮ ਬੈਠੀ ਸੀ, ਮੈਂ ਉਹਦੇ ਵੀ ਪੇਸ਼ ਹੋਇਆ ਬੇਟੀ ਨੂੰ ਲੈ ਕੇ ਜੀ, ਇਹਦੀ ਥੋੜੇ ਦਿਨਾਂ ਨੂੰ ਫਲਾਈਟ ਹੈ ਤੇ ਇਹਨੂੰ ਦੇ ਦਿਓ, ਠੀਕ ਹੈ ਜੀ, 6 ਮਹੀਨੇ ਦਾ ਟਾਈਮ ਹੈ, ਜਦੋਂ ਮਰਜ਼ੀ ਆ ਜਾਓ ਜੀ, ਕਹਿੰਦੇ ਜੀ 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 ਜੀ। ਬਾਅਦ 'ਚ ਫਿਰ ਕਿਸੇ ਬੰਦੇ ਨੂੰ ਮਿਲੇ, 4 ਪੈਸੇ ਦਿੱਤੇ ਤੇ ਫਿਰ 2 ਘੰਟੇ ਬਾਅਦ ਹੀ ਬਣ ਗਏ। ਠੀਕ ਹੈ ਠੀਕ ਹੈ ਠੀਕ ਹੈ ਠੀਕ, ਕੀ ਹੱਲ ਹੈ ਜੀ, ਲੋਕ ਕਿੱਧਰ ਜਾਣ, ਮਤਲਬ ਬਿਲਕੁਲ ਗਲਤਾਂ ਉੱਥੇ ਆ ਕੇ ਖਤਮ ਹੁੰਦੀ ਹੈ ਜੀ। ਅਸੀਂ ਭਾਵੇਂ ਜਿੰਨੀ ਮਰਜ਼ੀ ਡਿਬੇਟ ਕਰ ਲਈਏ, ਜਿੰਨੇ ਮਰਜ਼ੀ ਅਸੀਂ ਵੈਲਫੇਅਰ ਐਸੋਸੀਏਸ਼ਨ ਬਣਾ ਲਈਏ, ਜਿੰਨੀ ਮਰਜ਼ੀ ਅਸੀਂ ਔਰਗਨਾਈਜੇਸ਼ਨ ਬਣਾ ਲਈਏ, ਲੇਕਿਨ ਗਲਤਾਂ ਉੱਥੇ ਆ ਕੇ ਹਟਦੀ ਹੈ। ਜਿਨ੍ਹਾਂ ਨੇ ਕੰਮ ਕਰਨਾ ਹੈ ਉਹਨਾਂ ਨੂੰ ਕੰਮ ਕਰਨ ਨਹੀਂ ਦਿੱਤਾ ਜਾਂਦਾ, ਔਰ ਜਿਨ੍ਹਾਂ ਨੇ ਕੰਮ ਕਰਨਾ ਹੈਗਾ ਉਹਨਾਂ ਨੂੰ ਫੰਡ ਨਹੀਂ ਮੁਹੱਈਆ ਕਰਾਇਆ ਜਾਂਦਾ, ਤੇ ਫਿਰ ਗੱਲ ਕਿਸ ਪਾਸੇ ਤੁਰੇਗੀ? ਬਿਲਕੁਲ ਸਹੀ ਹੈ, ਅਸੀਂ ਸਹਿਮਤੀ ਰੱਖਦੇ ਹਾਂ ਤੁਹਾਡੀ ਗੱਲ ਦੇ ਨਾਲ। ਦੋ ਲਾਈਨਾਂ ਮੈਂ ਕਹਿਣਾ ਚਾਹੁੰਦਾ, 17-18 ਨੇ ਦਿੱਤੀਆਂ ਸੀ ਜੀ, ਉਹਨੇ ਲਿਖਿਆ ਸੀ, ਲੋਕੋ ਬਾਜ਼ ਆ ਜੋ ਝੂਠੇ ਲੀਡਰਾਂ ਤੋਂ, ਇਹਨਾਂ ਦੇਸ਼ ਨੂੰ ਬਿਲੇ ਲਗਾ ਛੱਡਣਾ, ਇਹਨਾਂ ਦੇਸ਼ ਦਾ ਕੁਝ ਵੀ ਛੱਡਿਆ ਨੇ, ਤੁਹਾਨੂੰ ਵੀ ਵੇਚ ਕੇ ਖਾ ਛੱਡਣਾ। ਬਿਲਕੁਲ 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 ਬਿਲਕੁਲ, ਆਪਣਾ ਸਮਝ ਕੇ ਵੋਟ ਪਾਈ, ਇਹਨਾਂ ਵੋਟ ਦਾ ਛੱਲਾ ਵੀ ਤਾਰਿਆ ਨਾ, ਸਾਨੂੰ ਮਹਿੰਗੇ ਵਾਲੇ ਦੁੱਧ ਵਾਂਗੂ ਇਹਨਾਂ ਪਾਣੀ ਦਾ ਛੱਟਾ ਵੀ ਮਾਰਿਆ ਨਾ, ਇਹਦਾ ਦੇਸ਼ ਦੀ ਪੂੰਜੀ ਨੂੰ ਨਾਗ ਵਾਂਗੂ ਆਪੋ ਸਾਂਭ ਜਾਂਦੇ, ਆਪੋ ਖੱਟ ਜਾਂਦੇ, ਵਾਅਦੇ ਕਰਦੇ ਨੇ ਕੱਚੇ ਮਹਿਬੂਬ ਵਾਲੇ, ਆਪੇ ਥੁੱਕ ਜਾਂਦੇ, ਆਪੇ ਚੱਟ ਜਾਂਦੇ। ਕਿਆ ਬਾਤ ਹੈ, ਕਿਆ ਬਾਤ ਹੈ, ਕਿਆ ਬਾਤ ਹੈ, ਆਹ ਗੱਲ ਹੈ ਜੀ, ਲੋਕਾਂ ਨੂੰ ਉੱਠਣਾ ਪਊ, ਜਿਵੇਂ ਧਨੇਰ ਦੀ ਸਜ਼ਾ ਮਾਫ ਕਰਾਈ ਹੈ, ਅੱਜ ਮਜ਼ਦੂਰ ਕਿਸਾਨ ਸੰਗਠਿਤ ਹੋ ਕੇ ਇਹਨਾਂ ਦੇ ਗਲਾ ਅੰਗੂਠਾ ਦੇਣਗੇ, ਹਕੂਮਤ ਕਿਸੇ ਦੀ ਵੀ ਹੋਵੇ, ਹੱਕ ਸੱਚ ਲਈ ਲੋਕ ਜਾਗਰਤ ਹੋਇਆ, ਅਵੇਅਰਨੈਸ ਦੀ ਲੋੜ ਹੈ ਸਾਨੂੰ ਪੰਜਾਬੀਆਂ ਨੂੰ। ਬਿਲਕੁਲ ਮਲਕੀਤ ਜੀ, ਇੱਕ ਤੁਹਾਨੂੰ ਮੈਂ ਬ੍ਰੇਕਿੰਗ ਨਿਊਜ਼ ਵੀ ਦੇ ਦੇਵਾਂ, ਹੁਣੇ ਹਾਲ ਫਿਲਹਾਲ ਦੇ ਵਿੱਚ ਖਬਰ ਆਈ ਹੈ ਸਾਨੂੰ ਪੰਜਾਬ ਤੋਂ ਕਿ 1100 ਕਰੋੜ ਦੇ ਜਿਹੜੇ ਘੁਟਾਲਾ ਚੱਲ ਰਿਹਾ ਸੀਗਾ ਕੈਪਟਨ ਅਮਰਿੰਦਰ ਸਿੰਘ ਸਿਟੀ ਸੈਂਟਰ ਨੂੰ ਲੈ ਕੇ 1989 ਦੇ ਵਿੱਚ ਇਹ ਜਿਹੜੀ ਸੀਗੀ ਇਹਦੀ ਸ਼ੁਰੂਆਤ ਹੋਈ ਸੀਗੀ, 26 ਏਕੜ ਦੇ ਵਿੱਚ ਇਸ ਨੂੰ ਪ੍ਰੋਜੈਕਟ ਨੂੰ ਬਣਾਇਆ ਜਾਣਾ ਸੀਗਾ, ਔਰ ਲਗਭਗ ਜਿਹੜੇ 36 ਮੁਲਜ਼ਮ ਸੀਗੇ ਉਹਨਾਂ ਦਾ ਨਾਂ ਆਇਆ ਸੀਗਾ, ਜਿਨ੍ਹਾਂ ਦੇ ਵਿੱਚ 4 ਮੁਲਜ਼ਮ ਨੇ ਹੁਣ ਉਹ ਹਾਲ ਫਿਲਹਾਲ ਦੇ ਵਿੱਚ ਨਹੀਂ ਹਨ, ਉਹਨਾਂ ਦੀ ਡੈਥ ਹੋ ਚੁੱਕੀ ਹੈ। ਉਹਨਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਨਾਂ ਆਇਆ ਸੀਗਾ ਕਿਉਂਕਿ ਇਹਨਾਂ ਨੇ ਸਾਥ ਦਿੱਤਾ ਸੀਗਾ, ਔਰ ਕਈ ਸਾਰੇ ਇਲਜ਼ਾਮ ਜਿਹੜੇ ਨੇ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਲੱਗੇ। ਅੱਜ ਕੋਰਟ ਦੇ ਵਿੱਚ ਫੈਸਲਾ ਆਉਣਾ, ਆਰ ਜਾਂ ਪਾਰ ਦਾ ਫੈਸਲਾ ਸੂਤਰਾਂ ਦੇ ਹਵਾਲਿਆਂ ਤੋਂ ਖਬਰ ਮਿਲਣੀ ਹੈ ਕਿ ਹੋ ਸਕਦਾ, ਲੇਕਿਨ ਕਈ ਵਾਰ ਅਸੀਂ ਵੇਖ ਚੁੱਕੇ ਹਾਂ ਕਿ ਸੁਣਵਾਈ ਹੋ ਚੁੱਕੀ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਹਮੇਸ਼ਾ ਮੁੱਛਾਂ 'ਤੇ ਹੱਥ ਮਾਰਦੇ ਹੋਏ ਬਾਹਰ ਆਉਂਦੇ ਹੋਏ ਕੋਰਟ ਤੋਂ ਨਜ਼ਰ ਆਏ ਹਨ, ਲੇਕਿਨ ਅੱਜ ਵੇਖਣਾ ਹੋਏਗਾ ਕਿ ਉਹ ਹੱਥ ਕਿੱਥੇ ਮਾਰਨਗੇ।
ਤੇ ਨਾਲ ਹੀ ਮੈਂ ਦੱਸ ਦਵਾਂ ਕਿ ਇੱਕ ਖਬਰ ਹੋਰ ਵੀ ਮੈਂ ਆਪਣੇ ਦਰਸ਼ਕਾਂ ਨਾਲ ਜਾਣੂ ਕਰਵਾ ਦਵਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਵੀ ਚੋਣ ਅੱਜ ਹੋਣੀ ਹੈ, ਜਿਹਦੇ ਵਿੱਚ ਇਹ ਖਾਸ ਤੌਰ 'ਤੇ ਕਿਹਾ ਗਿਆ ਸੀਗਾ ਕਿ ਸੁਖਬੀਰ ਬਾਦਲ ਹੀ ਫੈਸਲਾ ਲੈਣਗੇ। ਇਹ ਕਿਹਾ ਨਹੀਂ ਜਾਂਦਾ, ਇਹ ਅਕਸਰ ਹੁੰਦਾ ਹੀ ਹੈ ਕਿ ਉਹਨਾਂ ਦੀ ਹੀ ਦੇਖ ਰੇਖ ਦੇ ਵਿੱਚ ਇਹ ਚੋਣ ਜਿਹੜੀ ਹੈ ਹੁੰਦੀ ਹੈ। ਔਰ ਗੋਬਿੰਦ ਸਿੰਘ ਲੌਂਗੋਵਾਲ ਨੂੰ ਮੁੜ ਤੋਂ ਤੀਜੀ ਟਰਮ ਦਿੱਤੀ ਜਾ ਸਕਦੀ ਹੈ। ਹੈਟ੍ਰਿਕ ਮਾਰਨਗੇ ਕਿ ਨਹੀਂ ਮਾਰਨਗੇ, ਵੱਡਾ ਸਵਾਲ ਸਾਹਮਣੇ ਆਉਂਦਾ ਹੈ। ਬੀਬੀ ਜਗੀਰ ਕੌਰ ਦਾ ਨਾਂ ਵੀ ਸਾਹਮਣੇ ਆ ਰਿਹਾ, ਅਤੇ ਹੁਣ ਵੇਖਣਾ ਹੋਏਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਨਵਾਂ ਪ੍ਰਧਾਨ ਕੌਣ ਸਾਹਮਣੇ ਆਉਂਦਾ ਹੈ। ਇਹ ਵੀ ਇੱਕ ਵੱਡੀ ਖਬਰ ਜਿਹੜੀ ਹੈ ਪੰਜਾਬ ਤੋਂ ਹਾਲ ਫਿਲਹਾਲ ਦੇ ਵਿੱਚ ਪਹੁੰਚੀ ਹੈ। ਮਲਕੀਤ ਜੀ ਬਹੁਤ ਬਹੁਤ ਧੰਨਵਾਦ, ਕੁਝ ਹੋਰ ਕਹਿਣਾ ਚਾਹੋਗੇ? ਵੀਰ ਜੀ ਹਾਂ, ਮੈਂ ਇਹ ਕਹਿਣਾ ਚਾਹੁੰਦਾ ਹਾਂ, ਦੇਖੋ ਦੋਹਾਂ ਗੱਲਾਂ ਦਾ ਇੱਕੋ ਜਵਾਬ ਹੈ। ਸੁਲਤਾਨਪੁਰ ਲੋਧੀ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਜਿਹੜਾ 550 ਸਾਲਾਂ ਮਨਾਇਆ ਇਹਨਾਂ ਨੇ ਸਾਰਿਆਂ ਨੇ ਜੀ, ਗੁਰੂ ਨਾਨਕ ਕਿਰਤੀਆਂ ਦਾ ਉਹਨਾਂ ਕਿਹਾ ਕਿਰਤ ਕਰੋ ਨਾਮ ਜਪੋ ਦੇ ਵੰਡ ਛਕੋ ਦਾ ਸਥਾਨ ਸਤਿਗੁਰੂ ਪਾਤਸ਼ਾਹ ਨੇ ਦਿੱਤਾ ਮਨੁੱਖਤਾ ਨੂੰ ਸਾਰਿਆਂ ਤੇ, ਪਰ ਇਹਨਾਂ ਨੇ ਕਰੋੜਾਂ ਰੁਪਏ ਉੱਥੇ ਕਹਿੰਦੇ ਆਜ਼ਾਦ ਦੇ ਦੋਹਾਂ ਧਿਰਾਂ ਨੇ, ਹਕੂਮਤ ਨੇ ਤੇ ਜਿਹੜੇ ਸਾਡੇ ਧਾਰਮਿਕ ਅਦਾਰਾ ਹੈ, ਉੱਥੇ ਸੁਲਤਾਨਪੁਰ ਲੋਧੀ ਦੇ ਇਲਾਕੇ ਦੇ ਵਿੱਚ ਹੜਾਂ ਦੇ ਨਾਲ ਕਿਸਾਨੀ ਜੀ ਮਜ਼ਦੂਰਾਂ ਦੀ ਤਬਾਹੀ ਉੱਠ ਖੜੀ। ਕਿਸੇ ਦੇ ਵਿਚਾਰੇ ਰੁਪਈਏ ਰੁਪਈਏ ਨੂੰ ਤਰਸਦੇ ਫਿਰਦੇ, ਘਰ ਖਾਣ ਨੂੰ ਆਟਾ ਹੈ ਜੀ, ਕੀ ਸਕੂਲਾਂ 4-4 ਫੁੱਟ ਗਾਰਾ ਭਰ ਗਿਆ, ਉੱਥੇ ਗਰੀਬ ਬੱਚਿਆਂ ਦੀਆਂ ਫੀਸਾਂ ਨੀ ਮਾਫ਼ ਕਰ ਸਕਦੇ ਸੀ, ਉਹਨਾਂ ਦੇ ਲੋਕਾਂ ਕੋਲੇ ਇਲਾਜ ਲਈ ਪੈਸਾ ਨੀ, ਕੋਈ ਚੰਗਾ ਹੌਸਪੀਟਲ ਉੱਥੇ ਹੋਰ ਦਾਲੇ ਪਦਾਲੇ ਕੋਈ ਡਿਸਪੈਂਸਰੀਆਂ ਬਣਾ। ਮਲਕੀਤ ਜੀ ਬਹੁਤ ਵੱਡੇ ਮਸਲੇ ਨੇ, ਇਸ ਮਸਲੇ ਨੂੰ ਵੀ ਅਸੀਂ ਮੰਚ ਦੇ ਉੱਤੇ ਲੈ ਕੇ ਆਵਾਂਗੇ, ਇੱਕ ਸਪੈਸ਼ਲ ਰਿਪੋਰਟ ਅਸੀਂ ਬਕਾਇਦਾ ਤਿਆਰ ਕਰਵਾਈ ਹੈ, ਉਹ ਵੀ ਮੈਂ ਇਸ ਮੰਚ ਦੇ ਉੱਤੇ ਜ਼ਰੂਰ ਲੈ ਕੇ ਆਵਾਂਗਾ ਜਦ ਅਸੀਂ ਇਨ ਫਿਊਚਰ ਮੁੱਦਾ ਪ੍ਰੋਗਰਾਮ ਲੈ ਕੇ ਆਵਾਂਗੇ। ਫਿਲਹਾਲ ਮੈਂ ਇੱਕ ਬ੍ਰੇਕ ਲਈ ਇੱਥੇ ਰੁਕ ਰਿਹਾ, ਔਰ ਤੁਸੀਂ ਵੀ ਮੈਨੂੰ ਕਾਲ ਕਰ ਸਕਦੇ ਹੋ ਜਾਂ ਫਿਰ ਈਮੇਲ ਕਰ ਸਕਦੇ ਹੋ info@justbroadcasting.com, harkeet@justbroadcasting.com। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਤਾਂ ਕੋਸ਼ਿਸ਼ ਸੀਗੀ ਤੁਹਾਡੇ ਸਾਹਮਣੇ ਉਸ ਰਿਪੋਰਟ ਨੂੰ ਲਿਆਉਣ ਦੀ, ਉਹਨਾਂ ਸਾਰੀ ਗੱਲਾਂ ਨੂੰ ਲਿਆਉਣ ਦੀ ਜੋ ਕਿ ਪੰਜਾਬ ਤੋਂ ਖਬਰ ਸਾਹਮਣੇ ਆਈ ਸੀਗੀ, ਜਿੱਥੇ ਅਸੀਂ ਇਸ ਮੰਚ ਦੇ ਉੱਤੇ ਰੱਖਿਆ ਕਿ ਕਿਵੇਂ ਕੈਪਟਨ ਸਾਹਿਬ ਤੋਂ ਹੀ ਉਹਨਾਂ ਦੇ ਆਪਦੇ MLA ਨਾਰਾਜ਼ ਚੱਲ ਰਹੇ ਹਨ, ਔਰ ਆਪਦੇ ਹੀ ਮੰਤਰੀ ਉਹਨਾਂ ਨੂੰ ਕਹਿ ਰਹੇ ਹਨ ਕਿ ਕੈਪਟਨ ਸਾਹਿਬ ਫੋਨ ਨਹੀਂ ਚੱਕਦੇ, ਸਾਨੂੰ ਮਿਲਦੇ ਨਹੀਂ। ਅਤੇ ਉੱਥੇ ਦੂਜੇ ਪਾਸੇ ਜਿਹੜੇ ਵੱਡੇ ਵਾਅਦੇ ਉਹਨਾਂ ਨੇ ਕੀਤੇ ਸੀਗੇ ਉਹ ਵੀ ਲੋਕਾਂ ਦੇ ਵਿੱਚ ਹੁਣ ਨਹੀਂ ਜਾ ਰਹੇ। ਜਾਣਗੇ ਕਿਵੇਂ ਕਿ ਜਦ ਕੈਪਟਨ ਅਮਰਿੰਦਰ ਸਿੰਘ ਖੁਦ ਆਪ ਉਹਦੇ ਵਿੱਚ ਦਖਲ ਦੇਣਗੇ, ਦਖਲ ਤਾਂ ਸੁਰੇਸ਼ ਕੁਮਾਰ ਜਿਹੜੇ ਉਹਨਾਂ ਦੇ ਪ੍ਰਿੰਸੀਪਲ ਸਕੱਤਰ ਹਨ ਉਹ ਦਖਲ ਦੇ ਰਹੇ ਹਨ, ਔਰ ਉਹੀ ਮੰਤਰੀਆਂ ਨੂੰ ਮਿਲਦੇ ਹਨ। ਕਦੀ ਕਦਾਰ ਤਾਂ ਉਹ ਵੀ ਇੰਨੇ ਬਿਜ਼ੀ ਹੁੰਦੇ ਹਨ ਕਿ ਉਹ ਵੀ ਮਨਾ ਕਰ ਦਿੰਦੇ ਹਨ ਕਿ ਮੇਰੇ ਕੋਲ ਟਾਈਮ ਨਹੀਂ ਹੈ, ਇਹ ਖੁਦ ਆਪ ਉਹਨਾਂ ਦੇ ਮੰਤਰੀ ਕਹਿ ਰਹੇ ਹਨ। ਅਤੇ ਫਿਰ ਸਟੇਟ ਮਹਾਰਾਜਾ ਸਾਹਿਬ ਕਿਵੇਂ ਚੱਲੇਗੀ, ਕਿਵੇਂ ਤੁਹਾਨੂੰ ਲੋਕ ਵੋਟ ਦੇਣਗੇ ਅਗਲੀ ਵਾਰ ਜਦ ਤੁਸੀਂ ਮੈਦਾਨ ਦੇ ਵਿੱਚ ਜਾਓਗੇ। ਲੇਕਿਨ ਤੁਸੀਂ ਕਹਿ ਗਏ ਸੀਗੇ ਕਿ ਇਹ ਮੇਰੀ ਅਖੀਰਲੀ ਚੋਣਾਂ ਹਨ, ਲੇਕਿਨ ਵੇਖਣਾ ਹੋਏਗਾ ਕਿ ਤੁਹਾਡੇ ਅੰਦਰ ਉਹ ਜਜ਼ਬਾ ਮੁੜ ਤੋਂ ਵਾਪਸ ਆਉਂਦਾ, ਔਰ ਤੁਸੀਂ ਮੁੜ ਤੋਂ ਮੈਦਾਨ ਦੇ ਵਿੱਚ ਆਉਂਦੇ ਹੋ। ਲੇਕਿਨ ਜਿਹੜੇ ਲੀਡਰ ਕੰਮ ਕਰਨਾ ਚਾਹੁੰਦੇ ਹਨ ਆਖਿਰਕਾਰ ਉਹਨਾਂ ਨੂੰ ਤਾਂ ਕੰਮ ਕਰਨ ਦਿੱਤਾ ਜਾਵੇ। ਨਾਲ ਹੀ ਇਹ ਵੀ ਗੱਲ ਅਸੀਂ ਜ਼ਰੂਰ ਸਾਹਮਣੇ ਰੱਖਣਾ ਚਾਹੁੰਦੇ ਹਾਂ ਕਿ ਜੋ ਵੀ ਮੁੱਖ ਮੰਤਰੀ ਬਣ ਕੇ ਸੀਟ ਦੇ ਉੱਤੇ ਆਉਂਦਾ ਜਾਂ ਫਿਰ ਜਦ ਆਪਣੀ ਸੀਟ ਲੈਂਦਾ ਜਾਂ ਜਿਸ ਚੇਅਰ ਦੇ ਉੱਤੇ ਬੈਠਦਾ ਤਾਂ ਉਸ ਤੋਂ ਬਹੁਤ ਸਾਰੀਆਂ ਉਮੀਦਾਂ ਹੁੰਦੀਆਂ ਹਨ। ਉਮੀਦਾਂ ਸਿਰਫ ਪੰਜਾਬ ਦੇ ਵਿੱਚ ਵਸਦੇ ਲੋਕਾਂ ਨੂੰ ਹੀ ਨਹੀਂ ਸਗੋਂ ਸਾਨੂੰ ਵੀ ਹੁੰਦੀਆਂ ਹਨ। ਅਸੀਂ ਵੀ ਚਾਹੁੰਦੇ ਹਾਂ ਕੋਈ ਅਜਿਹਾ ਲੀਡਰ ਸਾਹਮਣੇ ਆਏ, ਕੋਈ ਅਜਿਹਾ ਮੁੱਖ ਮੰਤਰੀ ਸਾਹਮਣੇ ਆਏ, ਕੋਈ ਅਜਿਹਾ MLA ਸਾਹਮਣੇ ਆਏ, ਕੋਈ ਪਿੰਡ ਦਾ ਵਿਕਾਸ ਕਰ ਸਕੇ। ਔਰ ਪਿੰਡ ਤੋਂ ਹੀ ਮੈਨੂੰ ਲੱਗਦਾ ਵਿਕਾਸ ਸ਼ੁਰੂ ਹੁੰਦਾ। ਹੁਣ ਜਿੱਥੇ ਅਸੀਂ ਗੱਲ ਕਹਿੰਦੇ ਕਿ ਅਸੀਂ ਇੰਚਾਰਜ ਲੈ ਲੈਂਦੇ ਹਾਂ ਆਪਣੇ ਪਿੰਡ ਦਾ, ਲੇਕਿਨ ਅਸੀਂ ਇੰਚਾਰਜ ਵੀ ਤਾਂ ਲਈਏ ਕਿ ਜਿਹੜੇ ਉੱਥੇ ਮੰਤਰੀ ਹਨ ਜਿਹਨਾਂ ਨੇ ਕੰਮ ਕਰਾਉਣਾ ਉਹ ਵੀ ਕੰਮ ਕਰਾਉਣ। ਜੇ ਤੁਸੀਂ ਉੱਥੇ ਪੈਸੇ ਭੇਜਦੇ ਵੀ ਹੋ, ਡਾਲਰ ਭੇਜਦੇ ਵੀ ਹੋ, ਲੇਕਿਨ ਉਹ ਪੈਸੇ ਜਾਂਦੇ ਕਿੱਥੇ ਹਨ, ਇਹਦਾ ਵੀ ਧਿਆਨ ਰੱਖਣਾ ਸਾਡੀ ਹੀ ਜ਼ਿੰਮੇਵਾਰੀ ਹੈ। ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ info@justbroadcasting.com, harkeet@justbroadcasting.com ਦੇ ਉੱਤੇ। ਮੈਂ ਉਹਨਾਂ ਸਾਰੇ ਦਰਸ਼ਕਾਂ ਤੋਂ ਮਾਫ਼ੀ ਮੰਗਣਾ ਚਾਹਾਂਗਾ ਜਿਨ੍ਹਾਂ ਦੀ ਮੈਂ ਕਾਲਸ ਨੂੰ ਪਿੱਕ ਨਹੀਂ ਕਰ ਸਕਿਆ ਕਿਉਂਕਿ ਮੈਨੂੰ ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਲੇਕਿਨ ਤੁਸੀਂ ਈਮੇਲ ਰਾਹੀਂ ਆਪਣੇ ਵਿਚਾਰ ਮੇਰੇ ਨਾਲ ਸਾਂਝੇ ਕਰ ਸਕਦੇ ਹੋ। ਮਿਲਾਂਗੇ ਕੱਲ੍ਹ ਔਰ ਲੈ ਕੇ ਆਵਾਂਗੇ ਕੁਝ ਨਵਾਂ ਮਸਲਾ, ਔਰ ਇਸ ਮੰਚ ਦੇ ਉੱਤੇ ਰੱਖਾਂਗੇ ਉਹਨਾਂ ਸਾਰੇ ਮੁੱਦਿਆਂ ਦੀ ਗੱਲ ਜੋ ਕਿ ਵਾਕਈ ਹੀ ਇਸ ਮੰਚ ਦੇ ਉੱਤੇ ਕਹਿੰਦਾ ਹੈ। ਇਹੀ ਅੱਜ ਦਾ ਮੁੱਦਾ, ਮਿਲਦੇ ਹਾਂ ਕੱਲ੍ਹ। ਮਿਹਰਬਾਨੀ, ਸਤਿ ਸ਼੍ਰੀ ਅਕਾਲ।